ਆਪਣੀਆਂ ਸੱਸਾਂ ਕੋਲੋਂ ਪੁੱਛਣਾ ਚਾਹੁੰਦੀਆਂ ਨੇ, ਪਰ ਵਿਚਾਰੀਆਂ ਡਰਦੀਆਂ ਪੁੱਛਦੀਆਂ ਨੀ, ਪਿਆਰ ਸ਼ਿਆਰ ਹੋ ਕੇ ਰਹਿੰਦੀਆਂ ਨੇ। ਨੌਵਾਂ ਨੂੰ ਬੜਾ ਇਹ ਮੰਡੈਂਟਰੀ ਹੁੰਦਾ ਸੀਗਾ ਵੀ ਤੁਸੀਂ ਐ ਲਿਪਸਟਿਕ ਲਾ ਕੇ ਰੱਖੋ। ਕੁੜੀਆਂ ਨਾਲੋਂ ਥੋੜਾ ਜਿਹਾ ਨੌਵਾਂ ਦਾ ਫਰਕ ਚਾਹੀਦਾ ਵਾ। ਠੀਕ ਹੈ, ਮੈਂ ਵਲੌਗ ਚ ਬਿਲਕੁਲ ਤਿਆਰ ਨਹੀਂ ਹੁੰਦੀ, ਤੁਸੀਂ ਮੈਨੂੰ ਸਤਿ ਸ਼੍ਰੀ ਅਕਾਲ ਦੋਸਤੋ, ਕਿਵੇਂ ਹੋ? ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ, ਤੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਉੱਤੇ, ਯਾਨੀ ਕਿ ਨਵਨੀਤ ਰੰਧੇ ਚੈਨਲ ਉੱਤੇ। ਤੇ ਅੱਜ ਮੇਰੇ ਨਾਲ ਆਏ ਨੇ ਸਾਡੇ ਕੋਲ ਇੱਕ ਮਹਿਮਾਨ, ਜਿਹੜੇ ਕਿ ਹੁਣ ਹਰ ਹਫ਼ਤੇ ਆਉਣਗੇ, ਸੋ ਮੈਂ ਤੁਹਾਨੂੰ ਮਿਲਾਉਂਦੀ ਹਾਂ ਉਹਨਾਂ ਨਾਲ, ਵੈਸੇ ਤੁਸੀਂ ਉਹਨਾਂ ਨੂੰ ਜਾਣਦੇ ਹੋ। ਤੇ ਇਹ ਨੇ ਸਾਡੀ, ਸਤਿ ਸ਼੍ਰੀ ਅਕਾਲ ਕਰੋ ਜੀ। ਸਤਿ ਸ਼੍ਰੀ ਅਕਾਲ ਦੋਸਤੋ। ਇਹ ਨੇ ਮੇਰੀ ਸਾਸੂ ਮਾਂ, ਇਹਨਾਂ ਨੂੰ ਤੁਸੀਂ ਜਾਣਦੇ ਹੀ ਹੋ, ਤੁਸੀਂ ਆਲਮੋਸਟ ਵੀਡੀਓ 'ਚ ਵੇਖਦੇ ਹੀ ਰਹਿੰਦੇ ਹੋ। ਤੇ ਅੱਜ ਇਹਨਾਂ ਨੂੰ ਮੈਂ ਫੜ ਕੇ ਤੇ ਇੱਥੇ ਬਿਠਾ ਲਿਆ ਵਾ, ਤੇ ਆਪਾਂ ਕਰਨੀਆਂ ਵਾ ਇਹਨਾਂ ਨਾਲ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਇਹੋ ਜਿਹੇ ਸਵਾਲ ਜਿਹੜੀਆਂ ਨੌਵਾਂ ਹਮੇਸ਼ਾ ਆਪਣੀਆਂ ਸੱਸਾਂ ਕੋਲੋਂ ਪੁੱਛਣਾ ਚਾਹੁੰਦੀਆਂ ਨੇ, ਪਰ ਵਿਚਾਰੀਆਂ ਡਰਦੀਆਂ ਪੁੱਛਦੀਆਂ ਨਹੀਂ ਆ। ਸੋ ਆਪਾਂ ਅੱਜ ਇਹਨਾਂ ਨੂੰ ਬਿਠਾ ਕੇ ਘੇਰ ਕੇ ਉਹ ਸਾਰੇ ਸਵਾਲ ਪੁੱਛਾਂਗੇ। ਸੋ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਮੰਮੀ ਜੀ, ਮੈਨੂੰ ਇਹ ਦੱਸੋ ਵੀ ਤੁਹਾਨੂੰ ਕੀ ਲੱਗਦਾ, ਪੁਰਾਣਾ ਜ਼ਮਾਨਾ ਵਧੀਆ ਸੀ ਜਿਹੜਾ ਤੁਹਾਡੇ ਵਾਲਾ ਸੀ, ਜਾਂ ਹੁਣ ਵਾਲਾ ਜ਼ਮਾਨਾ ਵਧੀਆ? ਹੁਣ ਵਾਲਾ ਜ਼ਮਾਨਾ ਬਹੁਤ ਵਧੀਆ। ਹੁਣ ਵਾਲਾ ਜ਼ਮਾਨਾ ਕਿਉਂ? ਕਿਉਂਕਿ ਹੁਣ ਕੁੜੀਆਂ ਜਿਹੜੀਆਂ ਵਾ ਡਰਦੀਆਂ ਨੀਗੀਆਂ, ਪੂਰੇ ਕੌਨਫੀਡੈਂਸ ਨਾਲ ਰਹਿੰਦੀਆਂ ਵਾ, ਨਾ ਉਹਨਾਂ ਨੂੰ ਸੱਸ ਦਾ ਡਰ, ਨਾ ਉਹਨਾਂ ਨੂੰ ਘਰ ਵਾਲੇ ਦਾ ਡਰ। ਮੰਮੀ ਜਾਂਦਾ ਮੈਨੂੰ ਗੱਲਾਂ ਕਰੀ ਜਾਂਦੇ, ਮੈਨੂੰ ਸਾਹਮਣੇ ਬਿਠਾ ਕੇ। ਦੇਖ ਪਿਛਲੇ ਜ਼ਮਾਨੇ 'ਚ ਬਹੁਤ ਡਰਦੀਆਂ ਨੀ ਅਸੀਂ, ਸਾਡੇ ਜ਼ਮਾਨੇ ਜਦੋਂ ਸਾਨੂੰ ਤਾਂ ਕੋਈ ਬੋਲਦਾ ਹੁੰਦਾ ਸੀ ਤੇ ਅੰਦਰ ਵੜ ਜਾਈਦਾ ਸੀ ਡਰਦੇ, ਤੇ ਕਿਤੇ ਕਿਸੇ ਦੀ ਗੱਲ ਦਾ ਜਵਾਬ ਨਹੀਂ ਸੀ ਦੇਈਦਾ। ਤੇ ਹੁਣ ਆਉਂਦੀਆਂ ਵੀ ਜੇ ਨਹੀਂ ਜਵਾਬ ਦੇਣ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ ਹੋਣਾ। ਨਹੀਂ ਮਤਲਬ ਤੁਹਾਨੂੰ ਕੀ ਲੱਗਦਾ ਵਾ ਵੀ ਤੁਹਾਨੂੰ ਅੱਜ ਦੇ ਜ਼ਮਾਨੇ ਦੀ ਨਾ ਹੋਣਾ ਚਾਹੀਦਾ, ਇਹਦਾ ਮਤਲਬ? ਮੈਨੂੰ ਇੰਝ ਲੱਗਦਾ, ਮੈਂ ਬੜਾ ਇਸ ਗੱਲ ਨੂੰ ਤਰਸਦੀ ਹਾਂ ਵੀ ਮੈਂ ਕਿਤੇ, ਕਾਸ਼ ਕਿਤੇ ਮੇਰੇ 'ਚ ਇੰਨਾ ਕੌਨਫੀਡੈਂਸ ਹੁੰਦਾ ਕਿ ਮੈਂ ਅੱਜ ਦੇ ਜ਼ਮਾਨੇ ਦੀ ਨੂੰ ਹੋਊਂਗੀ। ਹਾਂ ਵੀ ਤੁਸੀਂ ਹੁਣ ਪੁਰਾਣੇ, ਚਲੋ ਇਹ ਤੇ ਫਿਰ ਹੈ ਹੀ ਆ, ਹੁਣ ਜ਼ਮਾਨਾ ਚੇਂਜ ਹੋ ਗਿਆ ਵਾ, ਪਹਿਲਾਂ ਵਾਲਾ ਜ਼ਮਾਨਾ ਜਿਹੜਾ ਵਾ ਕੌਨਫੀਡੈਂਸ ਹੀ ਨਹੀਂ ਸੀ ਹੈਗਾ ਉਦੋਂ। ਹਾਂ, ਜੇ ਕੋਈ ਗੱਲ ਕਰ ਸਕੇ, ਕਿਸੇ ਘਰ ਵਾਲੇ ਨੂੰ, ਸੱਸ ਨੂੰ ਕੋਈ ਜਵਾਬ ਦੇ ਸਕੇ। ਹਾਂ, ਅੱਜ ਕੱਲ ਥੋੜੇ ਜਿਹੜੇ ਘਰ ਵਾਲੇ ਆ ਉਹ ਵੀ ਬੜਾ ਸਾਥ ਦਿੰਦੇ ਨੇ ਆਪਣੀਆਂ ਵਹੁਟੀਆਂ ਦਾ, ਹਨਾ? ਤੇ ਦੇਣਾ ਚਾਹੀਦਾ। ਹਾਂ, ਵੈਸੇ ਇਸ ਗੱਲ ਨਾਲ ਮੈਂ ਸਹਿਮਤ ਹਾਂ, ਦੇਣਾ ਵੀ ਚਾਹੀਦਾ। ਹਾਂ, ਇਹ ਵੀ ਇਸ ਗੱਲ ਦੇ ਨਾਲ ਬਹੁਤ ਵਧੀਆ ਕਰਦੇ ਆ, ਜੇ ਹੁਣ ਕੁੜੀਆਂ ਅੱਗੇ ਅੰਦਰ ਹੀ ਰਹਿੰਦੀਆਂ ਹੁੰਦੀਆਂ ਸੀ, ਕਮਾਈ ਦੇ ਖੇਤਰ ਚ ਬਾਹਰ ਨਹੀਂ ਸੀ, ਸਾਡੇ ਵਰਗੇ ਅੰਦਰ ਘਰ ਦੇ ਵਿੱਚ ਹੀ ਰਹਿਣਾ, ਤੇ ਜੋ ਬੰਦੇ ਨੇ ਕਹਿਣਾ ਉਹਦੀ ਮੰਨਣੀ ਪੈਣੀ, ਤੇ ਉਹ ਹੁਣ ਤੱਕ ਵੀ ਪੂਰਾ ਡਰ ਬਣਿਆ। ਤੇ ਹੁਣ ਕੁੜੀਆਂ ਬਹੁਤ ਮਿਹਨਤੀ ਹੋ ਗਈਆਂ ਵਾ, ਬਹੁਤ ਮਿਹਨਤ ਕਰਦੀਆਂ ਵਾ, ਬਾਹਰ ਬਰਾਬਰ ਮਿਹਨਤ ਕਰਦੀਆਂ ਵਾ, ਤੇ ਜੇ ਘਰ ਵਾਲਾ ਵੀ ਉਹਦਾ ਸਾਥ ਦੇ ਦੇਵੇ ਤੇ ਕੋਈ ਗੁਨਾਹ ਨਹੀਂ। ਇਹ ਬਹੁਤ ਵਧੀਆ ਗੱਲ ਸਾਡੀ ਮੰਮੀ ਜੀ ਨੇ ਕੀਤੀ ਆ। ਚਲੋ ਇਹ ਤੇ ਹੋ ਗਿਆ ਆਪਣਾ ਪਹਿਲਾ ਸਵਾਲ, ਹੁਣ ਆਪਾਂ ਪੁੱਛਦੇ ਹਾਂ ਤੁਹਾਡੇ ਕੋਲੋਂ ਦੂਜਾ ਸਵਾਲ। ਦੂਜਾ ਸਵਾਲ ਇਹ ਵੀ, ਜਿਵੇਂ ਤੁਹਾਨੂੰ ਪਤਾ ਵੀ ਪਹਿਲੇ ਜ਼ਮਾਨੇ 'ਚ ਜਿਹੜੀਆਂ ਕੁੜੀਆਂ ਸੀ ਨਾ, ਬੜਾ ਪਿਆਰ ਸ਼ਿਆਰ ਹੋ ਕੇ ਰਹਿੰਦੀਆਂ ਹੁੰਦੀਆਂ, ਨੌਵਾਂ ਨੂੰ ਬੜਾ ਇਹ ਮੰਡੈਂਟਰੀ ਹੁੰਦਾ ਸੀਗਾ ਵੀ ਤੁਸੀਂ ਐ ਲਿਪਸਟਿਕ ਲਾ ਕੇ ਰੱਖੋ, ਬਿੰਦੀ ਲਾ ਕੇ ਰੱਖੋ, ਸੰਧੂਰ ਵੀ ਚਲੋ ਲਾਉਂਦੀਆਂ ਸੀ, ਚਲ ਫਿਰ ਵੀ ਆਪਣੇ ਪੰਜਾਬੀਆਂ 'ਚ ਕਈ ਜਗ੍ਹਾ ਨਹੀਂ ਰਿਵਾਜ ਹੈਗਾ। ਤੇ ਅੱਜ ਕੱਲ੍ਹ ਦੀਆਂ ਜਿਹੜੀਆਂ ਨੌਵਾਂ ਵਾ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਵੀ ਇਹ ਵਿਆਹੀ ਵੀ ਆ ਨਾ, ਉਹ ਨੋਰਮਲੀ ਰਹਿੰਦੀਆਂ ਨੇ, ਕੁਝ ਲਾਉਂਦੀਆਂ ਲਾਉਂਦੀਆਂ ਨੇ, ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਨੋਰਮਲ ਵੀ ਰਹਿਣਾ ਚਾਹੀਦਾ, ਤਿਆਰ ਵੀ ਹੋਣਾ ਚਾਹੀਦਾ ਵਾ, ਕਿਸੇ ਟਾਈਮ ਤੇ ਬਾਹਰ ਜਾਣਾ ਆਉਣਾ, ਜਦੋਂ ਕੋਈ ਬਾਹਰੋਂ ਆਵੇ ਥੋੜਾ ਜਿਹਾ ਬੰਦੇ ਦਾ ਥੋੜਾ ਜਿਹਾ ਫਰਕ ਚਾਹੀਦਾ, ਕੁੜੀਆਂ ਨਾਲੋਂ ਥੋੜਾ ਜਿਹਾ ਨੌਵਾਂ ਦਾ ਫਰਕ ਚਾਹੀਦਾ ਵਾ, ਤੇ ਮਾੜਾ ਜਿਹਾ ਹਲਕਾ ਜਿਹਾ ਮੇਕਅਪ ਕਰਕੇ ਰੱਖਣ, ਥੋੜਾ ਜਿਹਾ ਸੋਹਣਿਆ ਲੱਗਣ। ਮੈਂ ਵਲੌਗ ਚ ਬਿਲਕੁਲ ਤਿਆਰ ਨਹੀਂ ਹੁੰਦੀ, ਤੁਸੀਂ ਮੈਨੂੰ ਮੈਂ ਵੀ ਉਦਾਂ ਹੀ ਕਰਦੀ ਹਾਂ, ਫਿਰਦੀ ਨਹੀਂ। ਮੈਂ ਤੇਰੇ ਵੱਲ ਵੇਖ ਕੇ ਹੀ ਜਾਂਦੀ ਆ ਵੀ ਜਦੋਂ ਕੋਈ ਵਲੌਗ ਬਣਾਉਣ ਲੱਗਦੀ, ਵਲੌਗ ਬਣਾਉਣ ਲੱਗਦੀ ਆ ਤੇ ਥੋੜਾ ਜਿਹਾ ਸਿਰ ਸੁਰ ਵਾ ਕੇ ਮੇਰੇ ਮਨ 'ਚ ਇਹ ਰੀਝ ਹੁੰਦੀ ਵੀ ਸੋਹਣੀ ਜੀ ਬਣ ਕੇ ਰਵੇ। ਹਾਂ, ਇਹ ਸਹੀ ਆ ਵੀ ਹਰੇਕ ਸੱਸ ਨੂੰ ਹੁੰਦਾ ਹੀ ਆ ਵੀ ਨੌ ਜਿਹੜੀ ਆ ਸਾਡੀ ਸੋਹਣੀ ਲੱਗੇ, ਵਧੀਆ ਲੱਗੇ। ਮੈਂ ਭਾਵੇਂ ਸੋਹਣੀ ਆਪ ਹੈ ਨਹੀਂ ਕਿ, ਪਰ ਮੈਨੂੰ ਇਹ ਰੀਝ ਬਹੁਤ ਵਾ ਕਿ ਸੋਹਣੀ ਬਣ ਕੇ ਰਵੇ ਮੇਰੀ ਨੌ। ਨਹੀਂ, ਤੁਸੀਂ ਸੋਹਣੇ ਜੇ, ਸੋਹਣੇ ਕਿਉਂ ਨਹੀਂ ਜੇ, ਜਦੋਂ ਨਾਲੇ ਆਪਣਾ ਮੇਲਾ ਹੁੰਦਾ ਉਦੋਂ ਬੰਦੇ ਨੇ ਪੂਰੀ ਹੱਤ ਕਰਾਈ ਹੁੰਦੀ, ਵੇਖੀ ਦੀਆਂ ਹੀ ਪੁਰਾਣੀਆਂ ਫੋਟੋਆਂ। ਇਹ ਮਤਲਬ ਤੁਹਾਡੇ ਹਿਸਾਬ ਨਾਲ ਕੁੜੀਆਂ ਨੂੰ ਥੋੜਾ ਬਹੁਤਾ ਬਣ ਫੱਬ ਕੇ ਰਹਿਣਾ ਚਾਹੀਦਾ, ਬਣ ਫੱਬ ਕੇ ਤੇ ਰਹਿੰਦੀਆਂ ਵਾ, ਪਰ ਬੂਟੀਆਂ ਨਹੀਂ ਲੱਗਦੀਆਂ ਉਹ ਪਰ ਜਿਹੜੀਆਂ ਕੁੜੀਆਂ ਹੁੰਦੀਆਂ ਵੇਖੀਆਂ ਜਾਂਦੀਆਂ
ਉਹ ਵੋਟੀਆਂ ਲੱਗਦੀਆਂ ਹੁੰਦੀਆਂ ਪਰ ਉਹ ਕੁਵਾਰੀਆਂ ਕੁੜੀਆਂ ਦੇ ਵਿੱਚ ਵੀ ਹੁਣ ਪੂਰਾ ਆ ਗਿਆ ਨਾ, ਸਾਡੇ ਜਮਾਨੇ ਦੇ ਵਿੱਚ ਅਸੀਂ ਲਿਪਸਟਿਕ ਨਹੀਂ ਲਾ ਸਕਦੇ। ਇੱਕ ਹਾਸੇ ਵਾਲੀ ਗੱਲ ਦੱਸਦੀ ਆ ਵੀ ਆਈਬ੍ਰੋ ਨਹੀਂ ਬਣਾ ਸਕਦੇ। ਮੇਰੇ ਜਮਾਨੇ ਚ ਮੇਰੀ ਮਾਤਾ ਕਿਤੇ ਵਾਂਢੇ ਗਈ ਸੀ ਤੇ ਮੈਨੂੰ ਬੜਾ ਸ਼ੌਂਕ ਆਇਆ ਵੀ ਮੇਰੇ ਡੈਡੀ ਨੂੰ ਮੈਂ ਦਾੜੀ ਕੱਟਦਿਆਂ ਵੇਹਨੀ ਨੀ ਹਾਂ ਤੇ ਮੈਂ ਕਹਿੰਦੀ ਨੀ ਹਾਂ ਵੀ ਮੈਂ ਵੀ ਇਸ ਤਰ੍ਹਾਂ ਆਈਬ੍ਰੋ ਬਣਾਉਂਦੀ ਹਾਂ ਵੀ ਲੋਕੀ ਕਈ ਵੇਹੀਆਂ ਕੁੜੀਆਂ ਬਣਾਉਂਦੀਆਂ, ਮੈਂ ਅੱਧਾ ਆਈਬ੍ਰੋ ਹੀ ਕੱਟ ਦਿੱਤਾ। ਮੈਂ ਮੁੜ ਕੇ ਇੰਨੇ ਦੁਪੱਟਾ ਲੈ ਕੇ ਤੁਰੀ ਫਿਰਾਂ, ਮੇਰੀ ਮਾਤਾ ਆਣ ਕੇ ਮੈਨੂੰ ਪੁੱਛਿਆ ਕੀ ਹੋਇਆ, ਮੈਂ ਕਿਹਾ ਕੁਛ ਨੀ ਹੋਇਆ, ਮੈਂ ਲਾ ਕੇ ਮੈਨੂੰ ਚੰਗੀ ਗਾਲ ਭਰਾਈ, ਫਿਰ ਉੱਥੋਂ ਬਾਅਦ ਡਰ ਗਿਆ, ਕੋਈ ਇਹੋ ਜਿਹੀ ਕੰਮ ਨੀ ਕੀਤਾ। ਫਿਰ ਮੇਰੇ ਵਿਆਹ ਵੇਲੇ ਵੀ ਬਿਊਟੀ ਪਾਰਲਰ ਵਾਲੀ ਗਈ ਇੱਥੋਂ ਅੰਮ੍ਰਿਤਸਰੋਂ, ਮੇਰੀ ਸ਼ਾਦੀ ਅੰਮ੍ਰਿਤਸਰ ਹੋਈ ਸੀ, ਇੱਥੋਂ ਗਈ, ਉਹਨੇ ਮੈਨੂੰ ਮਹਿੰਦੀ ਲਾਈ, ਉਹਨੇ ਮੈਨੂੰ ਬਹੁਤ ਜ਼ੋਰ ਲਾਇਆ ਵੀ ਆਈਬ੍ਰੋ ਬਣਾ ਲੈ, ਆਈਬ੍ਰੋ ਬਣਾ ਲੈ, ਹੁਣ ਨੀ ਬਣਾਉਣੀ। ਅੱਛਾ ਫਿਰ ਉਸ ਤੋਂ ਬਾਅਦ ਤੁਸੀਂ ਕਦੀ ਆਈਬ੍ਰੋ ਹੀ ਨਹੀਂ ਬਣਾਏ? ਕਦੀ ਨਹੀਂ, ਕਦੀ ਨਹੀਂ ਬਣਾਏ, ਕਦੀ ਨਹੀਂ ਬਣਾਏ। ਮੈਂ ਤੇ ਮੇਰੇ ਦੇ ਵਿਆਹ ਤੋਂ ਪਹਿਲਾਂ ਹੀ ਮੈਂ ਬਣਵਾ ਲਈ ਪਹਿਲਾਂ ਦੇ। ਚਲੋ ਇਹ ਵੀ ਗੱਲ ਤੁਹਾਡੀ ਸਹੀ ਵੀ ਪਹਿਲਾਂ ਜਿਆਦਾ ਫਰਕ ਤਾਂ ਵੀ ਦਿਖਦਾ ਹੁੰਦਾ ਸੀਗਾ ਵੀ ਵਿਆਹ ਤੋਂ ਪਹਿਲਾਂ ਕੁੜੀਆਂ ਬਿਲਕੁਲ ਹੀ ਕੁਛ ਨੀ ਲਾਉਂਦੀਆਂ ਹੁੰਦੀਆਂ, ਫਿਰ ਜਦੋਂ ਵਿਆਹ ਹੋ ਜਾਂਦਾ ਫਿਰ ਜਦੋਂ ਥੋੜੀ ਬਹੁਤੀ ਲਿਪਸਟਿਕ ਵੀ ਕਿਸੇ ਨੇ ਲਾਈ ਹੋਵੇ ਤੇ ਪਤਾ ਲੱਗ ਜਾਂਦਾ ਵੀ ਹਾਂ ਇਹ ਵਿਆਹੀ ਹੋਣੀ ਆ, ਤੇ ਅੱਜ ਕੱਲ ਤੇ ਵਿਆਹੀਆਂ ਕੁਆਰੀਆਂ ਸਾਰੀਆਂ ਬਰਾਬਰ ਹੀ ਆ ਗੱਲ ਹਨਾ। ਇਹ ਵੀ ਗੱਲ ਤੁਹਾਡੀ ਸਹੀ ਆ। ਤੇ ਹੁਣ ਮੈਨੂੰ ਤੁਸੀਂ ਦੱਸੋ ਵੀ ਪਹਿਲਾਂ ਤੁਸੀਂ ਨੌ ਹੋ ਹਨਾ, ਫਿਰ ਤੁਹਾਡਾ ਨੌ ਜਦੋਂ ਤੁਸੀਂ ਉਦੋਂ ਤੁਹਾਡੇ ਸੱਸ ਨੂੰ ਲੈ ਕੇ ਵਿਚਾਰ ਹੋਰ ਹੁੰਦੇ ਸੀ, ਹੁਣ ਤੁਸੀਂ ਸੱਸ ਬਣ ਗਏ ਜੇ, ਤੇ ਹੁਣ ਤੁਹਾਨੂੰ ਕਿੱਦਾਂ ਲੱਗਦਾ ਕਦੀ ਕਦਾਈ ਵੀ ਕਿਤੇ ਕਿਤੇ ਤੇ ਮੇਰੀ ਸੱਸ ਸਹੀ ਹੁੰਦੀ ਸੀ, ਕਿਤੇ ਕਿਤੇ ਉਹਦੀਆਂ ਗੱਲਾਂ ਸਹੀ ਹੁੰਦੀਆਂ ਸੀ, ਕੋਈ ਫਰਕ ਤੁਹਾਨੂੰ ਜਾਪਦਾ ਇਸ ਗੱਲ ਤੋਂ? ਫਰਕ ਤੇ ਮਹਿਸੂਸ ਹੁੰਦਾ ਹਾਂ, ਪਰ ਇਹਨਾਂ ਉਹ ਆਪਣੀ ਜਗ੍ਹਾ ਤੇ ਸਹੀ ਸੀ, ਉਹਦਾ ਆਪਣਾ ਟਾਈਮ ਸੀ, ਉਹਨਾਂ ਦਾ ਆਪਣਾ ਟਾਈਮ ਸੀ, ਉਹਨਾਂ ਨੇ ਵੀ ਇਸ ਟਾਈਮ ਨੂੰ ਵੇਖਿਆ ਸੀ, ਉਹ ਮਤਲਬ ਉਦੋਂ ਇੰਨਾ ਦੁਨੀਆਂ ਦੇ ਵਿੱਚ ਜਾਗਰੂਕਤਾ ਨਹੀਂ ਹੈਗੀ, ਉਸ ਹਿਸਾਬ ਦੇ ਨਾਲ ਉਹ ਆਪਣੇ ਸਮੇਂ ਦੇ ਹਿਸਾਬ ਨਾਲ ਬਿਲਕੁਲ ਸਹੀ ਸੀ। ਹੁਣ ਕਈ ਜਿਹੜੀਆਂ ਅਜੇ ਜਾਗਰੂਕ ਨਹੀਂ ਹੋਈਆਂ, ਕਈ ਨਹੀਂ ਹੋਈਆਂ, 50 ਪਿੱਛੇ ਇੱਕ ਹੋਊਗੀ, ਤੇ ਉਹ ਉਸ ਘਰ ਚ ਇਸ ਤਰ੍ਹਾਂ ਦਾ ਹੁੰਦਾ ਹੋਊਗਾ, ਨਹੀਂ ਤੇ ਕੋਈ ਨੌ ਸੱਸ ਦੇ ਵਿੱਚ ਬਹੁਤ ਪਿਆਰ ਹੈ ਅੱਜ ਕੱਲ ਹੋ ਗਿਆ, ਪਹਿਲਾਂ ਨਾਲੋਂ ਤਾਂ ਬਹੁਤ ਜ਼ਿਆਦਾ ਫਰਕ ਪਿਆ, ਪਹਿਲਾਂ ਤੇ ਬਹੁਤ ਜ਼ਿਆਦੀ ਲੜਾਈ ਝਗੜੇ ਤੇ ਉਹ ਕੁਛ ਤੇ ਤੂੰ ਆਹ ਨੀ ਕੀਤਾ ਤੂੰ ਉਹ ਨੀ ਕੀਤਾ ਤੂੰ ਇੰਝ, ਉਦੋਂ ਹੁੰਦਾ ਸੀ ਬਹੁਤ, ਕਿਉਂਕਿ ਦੁਨੀਆਂ ਬਾਹਰ ਘੱਟ ਨਿਕਲਦੀ ਸੀ, ਜਾਗਰੂਕਤਾ ਘੱਟ ਸੀ, ਕੁੜੀਆਂ ਵੀ ਘਰੇ ਰਹਿੰਦੀਆਂ ਸੀ, ਕੋਈ ਕੰਮ ਕਾਰ ਨਹੀਂ, ਵਿਹਲੀਆਂ ਨੇ ਸਾਰਾ ਦਿਨ ਘਰ ਰਹਿਣਾ, ਹੁਣ ਕੁੜੀਆਂ ਬਾਹਰ ਅੰਦਰ ਜਾਂਦੀਆਂ ਕੰਮ ਧੰਦੇ ਕਰਦੀਆਂ, ਨੌ ਸੱਸਾਂ ਵੀ ਜਾਂਦੀਆਂ ਵਾ, ਉਹਨਾਂ ਨੂੰ ਪਤਾ ਵਾ ਵੀ ਇਹ ਅੱਜ ਕੱਲ ਦੇ ਮਾਹੌਲ ਚ ਰਹਿਣਾ ਵਾ, ਬੱਚਿਆਂ ਨੂੰ ਸੰਭਾਲਣਾ ਵਾ, ਉਹਨਾਂ ਦੀ ਹੈਲਪ ਵੀ ਪੂਰੀ ਕਰਦੀਆਂ ਵਾ, ਇਸ ਕਰਕੇ ਉਦੋਂ ਤੋਂ ਤੇ ਬਹੁਤ ਫਰਕ ਹੈ ਹੁਣ ਤੱਕ। ਇਹ ਗੱਲ ਤੁਹਾਡੀ ਸਹੀ ਵੀ ਹੁਣ ਟਾਈਮ ਚੇਂਜ ਹੋ ਗਿਆ ਵਾ, ਤੇ ਟਾਈਮ ਦੇ ਅਕੋਰਡਿੰਗ ਜਿਹੜਾ ਵਾ ਬੰਦੇ ਨੂੰ ਵੀ ਬਦਲ ਜਾਣਾ ਚਾਹੀਦਾ ਵਾ, ਇਹ ਨੀ ਵੀ ਹੁਣ ਟਾਈਮ ਬਦਲ ਗਿਆ ਤੇ ਤੁਸੀਂ ਅਜੇ ਉੱਥੇ ਖਲੋਤੇ ਜੇ ਵੀ ਨਹੀਂ, ਨਹੀਂ ਹੈਗੇ, ਬਹੁਤ ਸਾਰੇ ਜ਼ਿਆਦਾ ਹੈਗੇ ਆ ਵੀ ਜਿਹੜਾ ਨੌ ਦੀ ਹੈਲਪ ਨੀ ਕਰਨੀ ਚਾਹੁੰਦੇ, ਕਹਿੰਦੇ ਵੀ ਸਾਡੀ ਕੁੜੀ ਦੀ ਕੋਈ ਸੱਸ ਉਹਦੀ ਹੈਲਪ ਨੀ ਕਰਦੀ, ਇਹ ਗੁੱਸਾ ਜਿਹੜਾ ਨੇ ਨੌ ਨੂੰ ਧੀ ਨੂੰ ਬਰਾਬਰ ਸਮਝਣਾ ਚਾਹੀਦਾ। ਬਿਲਕੁਲ ਸਹੀ ਆ ਕਿ ਉਹਨੂੰ ਕਹਿੰਦੇ ਆਪਣਾ ਕਿ ਜਦੋਂ ਹੁਣ ਮੰਨ ਲਓ ਨੌ ਕੋਈ ਜੋਬ ਕਰਦੀ, ਜਿੱਦਾਂ ਮੈਂ ਹੁਣ ਜੋਬ ਕਰਦੀ ਹਾਂ, ਜਾਂ ਕੋਈ ਹੋਰ ਵੀ ਆ ਜਿਹੜੀ ਨੌ ਜੋਬ ਕਰਦੀ, ਉਹ ਬਾਹਰ ਜਾਂਦੀ ਆ, ਉਹ ਸਾਰਾ ਦਿਨ ਕੰਮ ਕਰਦੀ ਆ, ਉਹ ਤੋਂ ਬਾਅਦ ਉਹ ਘਰੇ ਆ ਕੇ ਵੀ ਕੰਮ ਕਰਦੀ ਆ, ਚਲੋ ਹਨਾ ਕਰਨਾ ਤੇ ਪੈਣਾ ਹੀ ਆ, ਤੁਹਾਡਾ ਘਰ ਆ ਕਿ ਬਾਹਰੋਂ ਆ ਕੇ ਤੇ ਕਰਨਾ ਨੀ, ਪਰ ਫਿਰ ਵੀ ਇੱਕ ਸਪੋਰਟ ਸਿਸਟਮ ਤੇ ਅਸੀਂ ਉਹਨੂੰ ਦੇ ਹੀ ਸਕਦੇ ਹਾਂ ਵੀ ਚੱਲ ਯਾਰ ਉਹ ਥੱਕੀ ਆਈ ਆ, ਉਹਦੀ ਥੋੜੀ ਬਹੁਤੀ ਨਿੱਕੀ ਮੋਟੀ, ਚਲ ਬੱਚੇ ਸਾਂਭ ਕੇ ਹੀ ਹੈਲਪ ਕਰਦੀ, ਮੰਦੀ ਨੂੰ ਪਾਣੀ ਪੁੱਛ ਲਓ, ਤੱਕ ਨੀ ਪੈਂਦਾ, ਬਸ ਇੰਨੇ ਆਪਣਾ ਰੁਤਬਾ ਇੰਨਾ ਉੱਚਾ ਨਾ ਰੱਖੋ ਕਿ ਅਸੀਂ ਸੱਸ ਵਾਂ ਬਰਾਬਰ ਸਮਝਣਾ, ਜਦੋਂ ਉਹ ਨੌ ਬਣ ਜਾਂਦੀ ਫਿਰ ਸੱਸ ਇੱਕ ਆਪਣਾ ਉਹ ਲੈ ਕੇ ਚੱਲਦੀ ਵੀ ਮੈਂ ਤੇ ਸੱਸ ਆ, ਮੈਨੂੰ ਤੇ ਸੱਸ ਵਾਲਾ, ਇਹ ਗੱਲ ਤੇ ਮੈਂ ਸਹਿਮਤ ਨਹੀਂ ਹੈਗੀ, ਪਤਾ ਨੀ ਕਿਉਂ ਮੈਂ ਸਹਿਮਤ ਨਹੀਂ ਹੈਗੀ, ਇਹ ਤੇ ਪਤਾ ਵਾ ਮੈਨੂੰ, ਮੈਂ ਕਹਿੰਦੀ ਬੱਚਾ ਜੇ ਬਾਹਰੋਂ ਆਇਆ ਵਾ, ਜੇ ਤੁਹਾਡਾ ਬੇਟਾ ਬਾਹਰੋਂ ਆਇਆ ਉਹਨੂੰ ਤੁਸੀਂ ਪਾਣੀ ਪਿਆਓਗੇ, ਆਪਣੀ ਨੌ ਨੂੰ
ਉਹਨੂੰ ਪਿਆ ਦੋ ਕਿਤੇ ਤੁਹਾਨੂੰ ਕੋਈ ਫਰਕ ਨੀ ਪਊ, ਉਹਦੇ ਮਨ ਚ ਜੋ ਤੁਹਾਡੇ ਦੀ ਸਤਿਕਾਰ ਭਾਵਨਾ ਹੋਰ ਵੱਧਜੂਗੀ ਵੀ ਮੇਰੀ ਮਾਂ ਵਾ ਮੇਰੇ ਆਉਂਦਿਆਂ ਨੂੰ ਮੇਰੀ ਕਦਰ ਕੀਤੀ ਹੈ ਇਹਨੇ, ਤੇ ਇਹਦੇ ਦਿਨ ਕੋਈ ਨੀ, ਨੂੰਹ ਨੂੰ ਵੀ ਪਿਆਰ ਰੱਖਣਾ ਚਾਹੀਦਾ, ਸੱਸ ਨੂੰ ਵੀ ਰੱਖਣਾ ਚਾਹੀਦਾ ਵਾ, ਤੇ ਬਹੁਤ ਘਰਾਂ ਚ ਹੁਣ ਰੱਖਦੇ ਵੀ ਆ ਲੋਕੀ ਬਾਹਰ ਬੜੇ ਚਲ ਗਏ ਆਪਣੇ ਇੰਡੀਆ ਦੇ ਲੋਕ ਹਨਾ, ਬਾਹਰ ਜਾ ਕੇ ਵੈਸੇ ਸਿਸਟਮ ਚੇਂਜ ਹੋ ਜਾਂਦਾ, ਸ਼ਿਫਟਾਂ ਲਾਉਂਦੇ ਨੇ, ਫਿਰ ਜਦੋਂ ਘਰੇ ਆਉਂਦੇ ਉੱਥੇ ਬਰਾਬਰ ਹੀ ਹੁੰਦੇ ਨੇ ਦੋਵੇਂ ਜਾਣੇ, ਸੋ ਉਹਨਾਂ ਕਰਕੇ ਵੀ ਦੂਜਾ ਪੜ੍ਹਾਈ ਕਰਕੇ ਵੀ ਇੰਡੀਆ ਚ ਵੀ ਥੋੜਾ ਜਿਹੜਾ ਸਿਸਟਮ ਆ ਇਹ ਚੇਂਜ ਹੋਣ ਦਿਆ ਵਾ, ਤੇ ਇਹ ਹੋਣਾ ਵੀ ਚਾਹੀਦਾ ਵਾ। ਤੇ ਥੋੜਾ ਆਪਣੇ ਮੈਨੂੰ ਆਪਾਂ ਥੋੜਾ ਬੈਕ ਸਟੋਰੀ ਤੇ ਜਾਂਦੇ ਹਾਂ, ਆਪਣੇ ਤੁਹਾਡੇ ਵਿਆਹ ਦੇ ਟਾਈਮ ਤੇ ਦੱਸ ਜਾਂਦੇ ਹਾਂ, ਜਿਵੇਂ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਰਿਸ਼ਤੇ ਹੁੰਦੇ ਆ, ਲਵ ਮੈਰਿਜ ਹੋ ਜਾਂਦੀ, ਜਿਵੇਂ ਮੇਰੀ ਤੇ ਕਬਲ ਦੀ ਤੁਹਾਨੂੰ ਪਤਾ ਹੀ ਹੈ ਲਵ ਮੈਰਿਜ ਆ, ਤੇ ਉਹ ਤੋਂ ਇਲਾਵਾ ਵੀ ਕੁੜੀਆਂ ਜਿਹੜੀਆਂ ਅੱਜ ਕੱਲ੍ਹ ਜੇ ਕਿਸੇ ਦੀ ਅਰੇਂਜ ਮੈਰਿਜ ਵੀ ਆ ਤੇ ਉਹ ਸਾਲ ਸਾਲ ਦੋ ਦੋ ਸਾਲ ਇੱਕ ਦੂਜੇ ਨਾਲ ਗੱਲਬਾਤ ਕਰਦੇ ਫੋਨ ਤੇ ਮਿਲਦੇ ਵੀ ਆ, ਤੇ ਪਹਿਲੇ ਜਮਾਨੇ ਚ ਇੱਦਾਂ ਦਾ ਕੁਛ ਨਹੀਂ ਹੁੰਦਾ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ, ਮਤਲਬ ਤੁਹਾਡੇ ਕੀ ਵਿਚਾਰ ਨੇ ਇਹਨੂੰ ਲੈ ਕੇ? ਪਹਿਲੇ ਜਮਾਨੇ ਚ ਜਿਹੜਾ ਸੀ ਨਾ ਉਦੋਂ ਕੋਈ, ਜਦੋਂ ਸਾਡੇ ਵੇਲੇ ਸੀ ਨਾ ਉਦੋਂ ਕੋਈ ਵਿਹਲਾ ਨਹੀਂ ਹੁੰਦਾ, ਤੇ ਮੈਨੂੰ ਵੀ ਨਹੀਂ ਵੇਖਿਆ ਇਹਨਾਂ, ਤੇ ਮੇਰੇ ਘਰ ਦੇ ਡਰਦੇ ਹੁੰਦੇ ਸੀ ਵੀ ਇਹਨਾਂ ਦਾ ਪਰਿਵਾਰ ਸੋਹਣਾ ਵਾ ਤੇ ਸਾਡੀ ਇਹ ਸਾਡੇ ਪਰਿਵਾਰ ਦਾ ਰੰਗ ਕਾਲਾ ਤਕਾ ਜਾ ਤੇ ਕਿਤੇ ਕੱਲ ਨੂੰ ਕੋਈ ਗੱਲਬਾਤ ਨਾ ਹੋ ਜੇ। ਮੇਰੀ ਮੰਮੀ ਨੇ ਬਾਰ ਬਾਰ ਕਹਿਣਾ ਇਹਨਾਂ ਨੂੰ ਵੇਖ ਲਓ ਵੇਖ ਲਓ, ਤੇ ਇਹਨਾਂ ਨੇ ਇੱਕੋ ਗੱਲ ਰੱਖੀ ਵੀ ਨਹੀਂ ਵੇਖਣਾ, ਪਰ 2 ਸਾਲ ਅਸੀਂ ਮੰਗੇ ਰਹੇ ਹਾਂ, 2 ਸਾਲ ਵਿੱਚ ਸਾਡੀ ਕੋਈ ਗੱਲਬਾਤ ਨਹੀਂ ਹੋਈ, ਤੇ ਬਸ ਜਿੱਦਣ ਵਿਆਹ ਸੀ ਉਹ ਸਰਪ੍ਰਾਈਜ਼ ਸੀ ਸਾਡੇ ਲਈ, ਤੁਹਾਨੂੰ ਡਰ ਨਹੀਂ ਲੱਗਦਾ ਹੁੰਦਾ ਵੀ ਹਾਏ ਮੈਂ ਕਿੱਥੇ ਜਾਣਾ, ਕਿਤਨਾ ਲੰਬਾ ਹੋਣਾ, ਕੁੜੀਆਂ ਸਾਰੀਆਂ ਇਹ ਸੋਚਦੀਆਂ ਹੋਣਗੀਆਂ। ਹੁਣ ਜਿਵੇਂ ਮੰਨ ਲਓ ਆਪਾਂ ਵਾਲੇ ਘਰ ਆ, ਮੇਰੇ ਵਿਆਹ ਵੇਲੇ ਨਾ ਮੇਰਾ ਇਧਰਲਾ ਫੈਮਿਲੀ ਜਿਹੜੀ ਸੀ ਉਹ ਥੋੜੀ ਜੀ ਮਤਲਬ ਸ਼ਹਿਰੀ ਟਾਈਪ ਸੀ, ਸਾਡੇ ਵਾਲੇ ਜਿਹੜੇ ਪੇਂਡੂ ਸੀ ਸਾਰੇ ਪਿੰਡ ਦੇ ਸੀ, ਮੇਰਾ ਡੈਡੀ ਤਾਂ ਖੈਰ ਪੜ੍ਹੇ ਲਿਖੇ ਸੀ ਸ਼ਹਿਰ ਦੇ ਰਹਿਣ ਵਾਲੇ, ਚੰਡੀਗੜ੍ਹ ਸ਼ਹਿਰ ਚ ਉਹਨਾਂ ਨੇ ਮਤਲਬ ਆਪਣੀ ਜੋਬ ਕੀਤੀ ਆ, ਪੜ੍ਹਾਈ ਕੀਤੀ ਆ। ਮੈਂ ਦੱਸ ਦਵਾਂ ਕਿ ਮੰਮੀ ਦੇ ਜਿਹੜੇ ਪਾਪਾ ਸੀ ਉਹਨਾਂ ਨੇ ਐਮ ਏ LLB ਕਰਕੇ ਕੀਤੀ ਆ, ਤੇ ਉਹ ਲੋਇਰ ਰਹੇ ਨੇ, ਉਹ ਪੁਲਿਸ ਚ ਵੀ ਰਹੇ ਨੇ, ਉਹਨਾਂ ਨੇ ਪਹਿਲਾਂ ਪੁਲਿਸ ਦੀ ਜੋਬ ਕੀਤੀ ਫਿਰ ਉਹ ਲੋਇਰ ਵੀ ਰਹੇ ਨੇ। ਤੇ ਮੈਂ ਆਪਣੀ ਮੰਮੀ ਦੇ ਨਾਲ ਰਹੀ ਜਦੋਂ ਪਿੰਡ, ਮੇਰੇ ਚ ਇੰਨਾ ਕੋਨਫੀਡੈਂਸ ਨਹੀਂ ਸੀ ਨਾ ਮੇਰੇ ਚ ਕੋਨਫੀਡੈਂਸ, ਮੇਰੀਆਂ ਭੈਣਾਂ ਵਿੱਚ ਕੋਨਫੀਡੈਂਸ ਬਹੁਤ ਜ਼ਿਆਦਾ ਸੀ। ਅੱਛਾ, ਉਹਨਾਂ ਚ ਉਹਨਾਂ ਨੂੰ ਸ਼ੁਰੂ ਤੋਂ ਮਤਲਬ ਪਾਲਣ ਪੋਸ਼ਣ ਉਹਨਾਂ ਦਾ ਬਹੁਤ ਵਧੀਆ ਤਰੀਕੇ ਨਾਲ ਹੋਇਆ, ਤੇ ਉਹਨਾਂ ਦੇ ਵਿੱਚ ਮੰਮੀ ਡੈਡੀ ਦਾ ਦੋਵਾਂ ਦਾ ਪਿਆਰ ਮਿਲਿਆ। ਮੇਰੇ ਡੈਡੀ ਮੇਰੇ 10 ਸਾਲ ਚੰਡੀਗੜ੍ਹ ਰਹੇ ਆ ਤੇ ਡਿਊਟੀ ਕੀਤੀ ਉਹਨਾਂ ਨੇ, ਬਹੁਤ ਵਧੀਆ ਜੋਬ ਕੀਤੀ। ਪਰ ਉਹਨਾਂ ਸਮਿਆਂ ਦੇ ਵਿੱਚ ਜਦੋਂ ਸਾਡੀ ਮੰਗਣੀ ਹੋਈ ਨਾ, ਤੇ ਇਧਰਲੀ ਫੈਮਿਲੀ ਸਾਡੀ ਸ਼ਹਿਰ ਦੇ ਰਹਿਣ ਕਰਕੇ ਨਾ ਇਹਨਾਂ ਨੂੰ ਥੋੜਾ ਜਿਹਾ ਐਡਵਾਂਸ ਸੀ, ਇਹਨਾਂ ਨੇ ਮੈਨੂੰ ਵਿਆਹ ਦਾ ਉਹਨਾਂ ਨਵੇਂ ਸਾਲ ਦਾ ਕਾਰਡ ਪਾ ਦਿੱਤਾ। ਅੱਛਾ, ਮੈਂ ਉੱਥੇ ਕੱਪੜੇ ਧੋ ਰਹੀ ਸੀ ਜਦੋਂ ਡਾਕੀਏ ਨੇ ਕਾਰਡ ਫੜਾਇਆ, ਤੇ ਮੈਂ ਉੱਤੋਂ ਪੜਿਆ ਰਣਦੇਵ ਫੈਮਿਲੀ, ਤੇ ਮੇਰਾ ਤਾਂ ਸਾਰਾ ਸਰੀਰ ਕੰਬਣ ਲੱਗ ਗਿਆ ਵੀ ਇਹਨਾਂ ਆਖਣਾ ਵੀ ਇਹਦੀ ਗੱਲ ਕਿੱਥੇ ਹੋਈ ਹੈ, ਕਿਉਂ, ਕਿਉਂਕਿ ਜਿਹੜੀ ਮੇਰੀ ਰਿਸ਼ਤਾ ਕਰਾਏ ਉਹ ਮੇਰੀ ਭੂਆ ਸੀ ਤੇ ਇਹਨਾਂ ਦੀ ਤਾਈ ਸੀ, ਉਹਨਾਂ ਵੱਲ ਨਹੀਂ ਜਾਂਦੇ ਆਉਂਦੇ ਨੇ, ਤੇ ਮੈਂ ਕਹਿੰਦੀ ਹਾਂ ਵੀ ਕਿਤੇ ਮੇਰੀ ਮੰਮੀ ਨੂੰ ਸ਼ੱਕ ਨਾ ਪੈ ਜੇ ਵੀ ਇਹ ਭੂਆ ਵੱਲ ਗਈ, ਕਿਤੇ ਇਹਨਾਂ ਦੀ ਕੋਈ ਗੱਲਬਾਤ ਨਹੀਂ ਹੋਈ ਤੇ ਇਹ ਕਾਰਡ ਕਿਉਂ ਪਾਇਆ। ਮੰਮੀ ਮੇਰੀ ਪੁੱਛੀ ਜਾਵੇ ਵੀ ਕਾਰਡ ਕਿਹਦਾ ਆਇਆ, ਮੈਂ ਡਰਦੀ ਦੱਸਾਂ ਨਾ, ਮੈਂ ਕਿਹਾ ਨਹੀਂ ਦੱਸਣਾ, ਮੈਨੂੰ ਨੀ ਪਤਾ ਲੱਗਦਾ, ਮੈਂ ਕਿਹਾ ਮੈਂ ਕੁਛ ਸਪੈਲ ਵੀ ਨੀ ਪੜ੍ਹੇ ਜਾਂਦਾ। ਤੇ ਹਾਸੇ ਵਾਲੀ ਗੱਲ ਹੋ ਗਈ, ਫਿਰ ਇਹ ਰਹਿੰਦੀ ਹੈ ਫੈਮਿਲੀ ਸੀ ਤੇ ਇਹਨਾਂ ਮੇਰੀ ਭੂਆ ਦੀ ਕੁੜੀ ਆਈ ਤੇ ਉਹਨੂੰ ਕਾਰਡ ਫੜਾ ਦਿੱਤਾ, ਕਹਿੰਦੇ ਵੀ ਆਹ ਕਾਰਡ ਵੇਖੀ ਕਿੱਧਰੋਂ ਆਇਆ, ਮੇਰੀ ਮੰਮੀ ਕਹਿੰਦੇ ਤੇ ਐਡਰੈਸ ਬਣੀ, ਕਹਿੰਦੀ ਮੰਮੀ ਜੀ ਮੈਨੂੰ ਪਤਾ ਨੀ ਲੱਗਣ ਡਿਆ ਕੋਈ ਰੰਡੀ ਫੈਮਿਲੀ, ਮੈਨੂੰ ਪਤਾ ਸੀ ਕਾਰਡ ਕਿੱਥੋਂ ਆਇਆ, ਰੰਡੀ ਫੈਮਿਲੀ ਲਿਖਿਆ ਵਾ, ਮੈਂ ਮੇਰਾ ਤਾਂ ਹਾਸਾ ਨਿਕਲ ਗਿਆ, ਤੇ ਦੱਸਾਂ ਮੈਂ ਕੁਛ ਹੋਇਆ ਨਾ, ਮੇਰਾ ਸਰੀਰ ਕੰਬੀ ਜਾਵੇ ਵੀ ਮੰਮੀ ਨੇ ਪਤਾ ਨੀ ਡੈਡੀ ਨੂੰ ਆਉਂਦਿਆਂ ਨੂੰ ਕੀ ਦੱਸਣਾ ਵਾ, ਇਹਨੂੰ ਕਾਰਡ ਆਇਆ ਕਿਉਂ ਆਇਆ, ਉੱਤੋਂ ਡੈਡੀ ਹੈ ਰਿਕੁਐਸਟ, ਡੈਡੀ ਮੇਰਾ ਨਹੀਂ, ਡੈਡੀ ਮੇਰਾ ਬਹੁਤ ਅਡਵਾਂਸ ਸੀ, ਉਹ ਨਹੀਂ ਮਾਸਾ ਵੀ, ਤੇ ਉਹ ਮੁੜ ਕੇ ਫਿਰ ਮੇਰੀ ਤਾਏ ਦੀ ਕੁੜੀ ਆਈ ਤੇ ਉਹਨੂੰ ਪੜ੍ਹਾਇਆ, ਮੈਂ ਕਿਹਾ ਮੈਂ ਮੈਨੂੰ ਪਤਾ ਸੀ ਇਹ ਗਲਤ ਪੜ੍ਹਨ ਡਈ ਆ ਤੇ ਕਾਰਡ ਉੱਧਰੋਂ ਆਇਆ,
ਮੈਂ ਉਹਨੂੰ ਪੜਾਇਆ, ਮੈਂ ਕਿਹਾ ਵੀ ਤੁਸੀਂ ਨਾ ਮੇਰਾ, ਮੈਂ ਕਿਹਾ ਮੰਮੀ ਨੂੰ ਕਾਰਡ ਪੜ ਕੇ ਦੱਸਿਓ ਵੀ ਕਿਹਦਾ ਆਇਆ ਕਿੱਧਰੋਂ ਆਇਆ। ਕਹਿੰਦੀ ਆਂਟੀ ਜੀ ਤੇ ਰੰਧੇ ਫੈਮਿਲੀ ਦੇ ਛਿਆਟਿਓਂ ਆਇਆ ਵਾ ਭਾਜੀ ਦਾ, ਤੇ ਮੇਰਾ ਸਰੀਰ ਕੰਬਣ ਲੱਗ ਗਿਆ। ਮੈਂ ਕਿਹਾ ਹੁਣ ਮੰਮੀ ਨੇ ਪਤਾ ਨੀ ਕੀ ਕਹਿ ਦੇਣਾ। ਤੇ ਮੰਮੀ ਨੇ ਮੇਰੇ ਡੈਡੀ ਨੂੰ ਆਣ ਕੇ ਦੱਸਿਆ, ਮੇਰੇ ਡੈਡੀ ਇੰਨਾ ਖੁਸ਼ ਹੋਏ ਕਿ ਬਹੁਤ, ਉਹ ਵੀ ਚੰਡੀਗੜ੍ਹ ਸ਼ਹਿਰ ਚ ਰਹਿਣ ਵਾਲੇ ਹੁੰਦੇ, ਹੈ ਕਾਰਡ ਪਾਇਆ ਸਾਨੂੰ ਨਵੇਂ ਸਾਲ ਦਾ, ਵੈਰੀ ਗੁੱਡ, ਬਹੁਤ ਅੱਛਾ ਬੱਚਾ। ਕਿਤੇ ਨਾ ਕਿਤੇ ਜਦੋਂ ਤੁਸੀਂ ਉਦੋਂ ਤੁਹਾਡਾ ਵਿਆਹ ਨੀ ਹੋਇਆ ਤੁਹਾਨੂੰ ਐ ਲੱਗਦਾ ਹੁਣ ਉਸ ਟਾਈਮ ਦੀਆਂ ਕੁੜੀਆਂ ਨੂੰ ਇਹ ਤੇ ਫੀਲ ਹੁੰਦਾ ਹੀ ਹੋਊਗਾ ਵੀ ਪਤਾ ਨੀ ਕਿੱਥੇ ਵਿਆਹੇ ਜਾਣਾ, ਅਗਲਾ ਬੰਦਾ ਕਿਹੋ ਜਿਹਾ ਹੋਊਗਾ। ਇਹ ਤੇ ਆਪਣੇ ਆਪ ਜੀ ਮਤਲਬ ਸੁੱਤੇ ਪਿਆ ਸਕੈਚ ਜੇ ਬਣਾਏ, ਇਸ ਤਰ੍ਹਾਂ ਦਾ ਘਰ ਹੋਊਗਾ, ਇਸ ਤਰ੍ਹਾਂ ਦਾ ਮੁੰਡਾ ਹੋਊਗਾ। ਤੇ ਜਿੱਦਣ ਸਾਡੇ ਵਿਆਹ ਵੇਲੇ ਫਿਰ ਉਹਨੂੰ ਫੋਟੋ ਵੇਖਣ ਦਾ ਵੀ ਰਿਵਾਜ਼ ਨੀ ਹੁੰਦਾ, ਤੇ ਮੇਰੀ ਮੰਮੀ ਨੇ ਨਾ ਵਾਕਫੀ ਰਿਸ਼ਤੇਦਾਰੀ ਕਰਕੇ ਤੇ ਮੇਰੀ ਉਹਨੂੰ ਭੂਆ ਨੂੰ ਕਿਹਾ ਵੀ ਦੂਜਾ ਫੋਟੋ ਲਿਆ ਕੇ ਦੇਈ ਮੁੰਡੇ ਦੀ। ਉਹ ਸ਼ਹਿਰ ਆਏ ਤੇ ਮੈਨੂੰ ਆਉਂਦੀ ਹੈ ਵੀ ਮੈਨੂੰ ਹੌਲੀ ਜਿਹੀ ਕਿਹਾ ਵੀ ਤੂੰ ਨਾ ਅੱਜ ਸੋਈ ਨਾ, ਜਦੋਂ ਕੁੜੀਆਂ ਸੌ ਜਾਂਦੀਆਂ ਨਾ ਤੈਨੂੰ ਮੈਂ ਕੋਈ ਚੀਜ਼ ਵਿਖਾਊਂਗੀ। ਤੇ ਮੈਂ ਕਿਹਾ ਮੈਨੂੰ ਪਤਾ ਨੀ ਕਿਹੜੀ ਚੀਜ਼ ਵਿਖਾਉਣੀ। ਮੈਂ ਬੜੀ ਉਤਸੁਕਤਾ ਨਾਲ ਦੇਖਾਂ ਵੀ ਛੇਤੀ ਕੁੜੀਆਂ ਸੌਣ, ਤੇ ਉਹਨਾਂ ਨੂੰ ਵੀ ਸੁਣ ਗਿਆ ਨਿੱਕੀਆਂ ਮੇਰੀਆਂ ਭੈਣਾਂ ਨੂੰ, ਇਹ ਕੀ ਇਹਨ ਮੰਮੀ ਨੇ ਕੁਛ ਕਿਹਾ, ਇਹਦੇ ਵਾਸਤੇ ਕੁਛ ਲੈ ਕੇ ਆਈ ਆ। ਉਹਨਾਂ ਨੂੰ ਮਿਲ ਚੇ ਹੁੰਦਾ ਸੀ ਵੀ ਮੰਮੀ ਇਹਦੇ ਨਾਲ ਜ਼ਿਆਦਾ ਪਿਆਰ ਕਰਦੀ, ਉਹ ਆਖਣ ਜੀ ਇੱਕ ਦੂਜੀ ਨਾਲ ਸਲਾਹ ਕਰਨ, ਮੰਮੀ ਇਹਦੇ ਵਾਸਤੇ ਕੁਛ ਲੈ ਕੇ ਆਈ ਆ, ਆਪਾਂ ਸੌਣ ਦੀ ਐਕਟਿੰਗ ਕਰੀਏ ਤੇ ਮੰਮੀ ਇਹਨੂੰ ਵਿਖਾਵੇ, ਤੇ ਫਿਰ ਆਪਾਂ ਵੇਖਾਂਗੇ ਕੀ ਲੈ ਕੇ ਆਈ। ਤੇ ਮੁੜ ਕੇ ਉਹਨਾਂ ਨੇ ਛੋਟੀਆਂ ਸੀ ਬਹੁਤ, ਤੇ ਮੈਨੂੰ ਜਦੋਂ ਸੌਂਦੀਆਂ ਨਾ ਉਹਨਾਂ ਨੇ ਐਕਟਿੰਗ ਕੀਤੀ, ਤੇ ਉਹਨਾਂ ਨੇ ਮੈਨੂੰ ਆਵਾਜ਼ ਮਾਰੀ ਮੰਮੀ ਨੇ, ਆਂਦੀ ਉੱਠ ਅੰਦਰ ਆ ਗੱਲ ਸੁਣ ਤੈਨੂੰ ਮੈਂ ਵਿਖਾਵਾਂ। ਮੈਂ ਅੰਦਰ ਗਈ ਤੇ ਉਹ ਮੰਮੀ ਨੇ ਮੈਨੂੰ ਫੋਟੋ ਕੱਢ ਕੇ ਵਿਖਾਈ, ਮੈਂ ਬੜੀ ਖੁਸ਼ ਹੋਈ ਤੇ ਬਹੁਤ ਸੋਹਣੀ ਤੇ ਬਹੁਤ ਵਧੀਆ ਫੋਟੋ ਲੱਗੀ ਮੈਨੂੰ, ਬੜੀ ਖੁਸ਼ ਹੋਈ ਮੈਂ। ਤੇ ਇਹ ਪੁੱਛੋ ਨੀ, ਅੱਛਾ ਮੁੰਡੇ ਦੀ ਫੋਟੋ ਵੇਖਣ ਦੀ ਮੰਮੀ ਇਹ ਕਿਹੜੇ ਮੁੰਡੇ ਦੀ ਫੋਟੋ ਦੱਸਾਂਗੇ, ਮੰਮੀ ਨੇ ਪਤਾ ਨੀ ਕਿਹੜੇ ਮੁੰਡੇ ਦੀ ਫੋਟੋ ਵਿਖਾ ਦਿੰਦੇ। ਹੁਣ ਚੱਲਦਾ ਪਿਆ 2024, 2010 ਚ ਬਹੁਤ ਜਿਆਦਾ ਐਡਵਾਂਸ ਹੋ ਗਿਆ ਜਮਾਨਾ, ਤੇ ਅੱਜ ਕੱਲ ਤੇ ਕੁਛ ਜਿਆਦਾ ਹੀ ਐਡਵਾਂਸ ਹੋ ਗਿਆ ਵਾ। ਤੇ ਪਰ ਉਦੋਂ ਮਤਲਬ ਫੋਟੋ ਵਿਖਾਉਣਾ ਵੀ ਇੱਕ ਵੱਡੀ ਗੱਲ ਹੁੰਦੀ, ਤੇ ਅੱਜ ਕੱਲ ਜਦੋਂ ਤੱਕ ਗੱਲ ਨੀ ਹੁੰਦੀ, 1.5-2 ਸਾਲ ਪਹਿਲਾਂ ਗੱਲ ਕਰਦੇ ਰਹਿੰਦੇ, ਕਈ ਵਾਰ ਤੇ ਉਹ ਸਿਰਫ ਗੱਲ ਕਰਨ ਕਰਕੇ ਇੰਗੇਜਮੈਂਟ ਵਗੈਰਾ ਟੁੱਟ ਜਾਂਦੀ ਆ। ਤੁਸੀਂ ਐਜ਼ ਆ ਕੁੜੀ ਤੁਹਾਨੂੰ ਕੀ ਲੱਗਦਾ ਵੀ ਗੱਲ ਕਰਨ ਵਾਲਾ ਦੌਰ ਸਹੀ ਆ ਜਾਂ ਘੱਟ ਗੱਲ ਕਰਨੀ ਚਾਹੀਦੀ ਆ, ਜਾਂ ਕਿਵੇਂ ਤੁਸੀਂ ਇਸ ਚੀਜ਼ ਨੂੰ ਲੈਂਦੇ? ਮੈਂ ਇਸ ਗੱਲ ਨੂੰ ਇਸ ਤਰ੍ਹਾਂ ਲੈਂਦੀ ਵੀ ਗੱਲ ਤੇ ਕਰਨੀ ਚਾਹੀਦੀ ਆ, ਪਰ ਇੰਨੀ ਜ਼ਿਆਦਾ ਨੀ ਜਿੰਨੇ ਫਰੈਂਕ ਹੋ ਜਾਂਦੇ ਬੱਚੇ ਅੱਜ ਕੱਲ ਦੇ। ਉਹਦੇ ਨਾਲ ਕੁਛ ਨੇ ਘਰ ਦੇ ਭੇਤ ਕੁਛ, ਉਹ ਸਾਰੀ ਗੱਲਬਾਤ ਇੱਕ ਦੂਜੇ ਨਾਲ ਸ਼ੇਅਰ ਕਰਨਾ, ਥੋੜਾ ਓਲਾ ਵੀ ਬਣਿਆ ਰਹਿਣਾ ਚਾਹੀਦਾ ਵਾ, ਵਿਆਹ ਤੋਂ ਪਹਿਲਾਂ ਥੋੜਾ ਜਿਹਾ ਪਰਦਾ ਰੱਖਣਾ ਚਾਹੀਦਾ, ਥੋੜਾ ਜਿਹਾ ਓਲਾ ਰੱਖਣਾ ਚਾਹੀਦਾ। ਇੰਨੀ ਜ਼ਿਆਦਾ ਫਰੈਂਕ ਜਦੋਂ ਬੱਚੇ ਇੱਕ ਦੂਜੇ ਨਾਲ ਮਿਲਣ ਆ ਜਾਂਦੇ ਆ, ਬਾਹਰ ਖਾਂਦੇ ਪੀਂਦੇ ਆ, ਬਹਿੰਦੇ ਖਲੋਂਦੇ ਆ, ਮੈਂ ਤੇ ਇਸ ਗੱਲ ਨੂੰ ਸੋਚਦੀ ਨੀ ਕਈ ਵਾਰ ਹੈਰਾਨ ਜੀ ਹੋ ਕੇ ਵੀ ਇਹਨਾਂ ਦੇ ਮਨ ਚ ਕੀ ਤਾਚਾਰ ਰਹਿ ਜਾਂਦਾ ਹੋਊਗਾ ਵੀ ਅਸੀਂ ਵਿਆਹ ਵਾਲੇ ਦਿਨ ਕੀ ਮਿਲਣਾ, ਮਿਲੇ ਤੇ ਪਹਿਲਾਂ ਹੀ ਖਾਤਾ ਪੀਤਾ ਬੈਠੇ ਖਲੋਤੇ ਸਭ ਕੁਛ ਪਤਾ ਇਹਨਾਂ ਨੂੰ, ਤੇ ਇੱਕ ਦੂਜੇ ਦੇ ਨਾਲ ਫਾਰਮੈਲਿਟੀ ਕਰਨ ਡੇ ਤੇ ਕੁਛ ਵੀ ਨਹੀਂ ਹੁੰਦਾ। ਥੋੜਾ ਜਿਹਾ ਰੱਖਣਾ ਚਾਹੀਦਾ ਜਿਹੜਾ ਥੋੜੇ ਨਾਲ ਆਪਣਾ ਗੱਲਾਂ ਦਾ ਓਲਾ ਠੀਕ ਆ, ਥੋੜਾ ਜਿਹਾ ਰੱਖਣਾ ਚਾਹੀਦਾ, ਪਰ ਮੈਨੂੰ ਮਤਲਬ ਮਿਲਣਾ ਵੀ ਸਹੀ ਆ, ਮਿਲਣਾ ਮੈਂ ਥੋੜਾ ਥੋੜਾ ਮਿਲਣਾ ਚਾਹੀਦਾ, ਮਿਲਣ ਤੋਂ ਨਫ਼ਰਤ ਨਹੀਂ ਮੈਂ ਕਰਦੀ, ਉਹ ਵੀ ਸਹੀ ਆ।
ਫੋਨ ਵੀ ਕਰਨਾ ਚਾਹੀਦਾ ਪਰ ਇੰਨਾ ਜ਼ਿਆਦਾ ਨੀ ਅੱਜ ਕੱਲ ਕੁੜੀਆਂ ਜਦੋਂ ਇੰਗੇਜਮੈਂਟ ਹੋ ਜਾਂਦੀ ਹੈ ਜਾਂ ਪਹਿਲਾਂ ਜਾਣਦੀਆਂ ਹੁੰਦੀਆਂ ਨਾ 8 ਵਜੇ ਉਹਨਾਂ ਨੂੰ ਰੋਟੀ ਖਾਣ ਦੀ ਕਾਹਲੀ ਹੁੰਦੀ ਵੀ ਛੇਤੀ ਖਾ ਕੇ ਸੌਂ ਜਾਓ ਤੇ ਦੋ ਦੋ ਤਿੰਨ ਤਿੰਨ ਘੰਟੇ ਫੋਨ ਤੇ ਲੱਗੀਆਂ ਰਹਿੰਦੀਆਂ ਮੈਨੂੰ ਮੈਂ ਫਿਰ ਹੈਰਾਨ ਰਹਿ ਜਾਂਦੀ ਇਹ ਗੱਲ ਤੇ ਸਾਡੇ ਕੋਲ ਸਾਹਮਣੇ ਬਹਿ ਕੇ ਗੱਲ ਨੀ ਹੁੰਦੀ ਇਹ ਤਿੰਨ ਘੰਟੇ ਕੀ ਗੱਲਾਂ ਕਰਦੀਆਂ ਮੈਂ ਇਸ ਗੱਲ ਤੇ ਹੈਰਾਨ ਰਹਿ ਗਈ ਮੈਨੂੰ ਉਹ ਗੱਲ ਦਾ ਅਜੇ ਤਾਈਂ ਰਾਜ ਸਮਝ ਨੀ ਆਇਆ ਨਾਰਮਲ ਤੇ ਗੱਲ ਕਰਨੀ ਹੁੰਦੀ ਅਸੀਂ ਗੱਲ ਕਰ ਲੈਂਦੇ ਹੁੰਦੇ ਹਾਂ ਘਰਦਿਆਂ ਸਾਹਮਣੇ ਵੀ ਹਾਂਜੀ ਆਹ ਕਰਦੀ ਪਈ ਇੰਨੇ ਵਜੇ ਆਵਾਂਗੇ ਆਹ ਹਨਾ ਆਹ ਕਰਾਂਗੇ ਇਹ ਜੋ ਵੀ ਡਿਸਕਸ ਕਰ ਲੈਂਦੀ ਜਦੋਂ ਇੰਗੇਜਮੈਂਟ ਹੋ ਗਈ ਨਾ ਤੇ ਉਹ ਤੋਂ ਬਾਅਦ ਜਦੋਂ ਕਵਲ ਦਾ ਫੋਨ ਆਉਣਾ ਨਾ ਮੰਮੀ ਸਾਹਮਣੇ ਤੇ ਮੈਨੂੰ ਸ਼ਰਮ ਹੀ ਆ ਜਾਣੀ ਮੇਰੇ ਕੋਲ ਗੱਲ ਹੀ ਨਾ ਮੰਮੀ ਸਾਹਮਣੇ ਕਵਲ ਨੇ ਇੱਧਰੋਂ ਫੋਨ ਜਦੋਂ ਸੁਣਨਾ ਮੈਂ ਫੋਨ ਤੇ ਕਵਲ ਨਾਲ ਗੱਲ ਹੀ ਨੀ ਕਰ ਪਾਉਣੀ ਮੰਮੀ ਪਾਪਾ ਸਾਹਮਣੇ ਮੈਨੂੰ ਹੋਰ ਤਰ੍ਹਾਂ ਹੁੰਦਾ ਗੱਲ ਕਰਨ ਲੱਗਿਆ ਵਿਆਹ ਤੋਂ ਪਹਿਲਾਂ ਸਗੋਂ ਫਿਰ ਵੀ ਮੈਂ ਕੰਫਰਟੇਬਲੀ ਕਰ ਲੈਂਦੀ ਹੁੰਦੀ ਮੰਮੀ ਪਾਪਾ ਨੂੰ ਪਤਾ ਵੀ ਚਲੋ ਇਹ ਫਰੈਂਡਸ ਆ ਤੇ ਸਾਰਾ ਕੁਛ ਆ ਚਲੋ ਹਨਾ ਇਹ ਵੀ ਜਿਹੜਾ ਵਾ ਚੇਂਜ ਥੋੜਾ ਥੋੜਾ ਮਤਲਬ ਓਲਾ ਵੀ ਰੱਖਣਾ ਚਾਹੀਦਾ ਵਾ ਤੇ ਗੱਲਬਾਤ ਕਰਨੀ ਵੀ ਚੰਗੀ ਗੱਲ ਆ ਠੀਕ ਗੱਲ ਹੈ ਹਾਂ ਕਿਉਂਕਿ ਪਤਾ ਕੀ ਆ ਅੱਜ ਕੱਲ ਦੇ ਹਿਸਾਬ ਨਾਲ ਮੇਰੇ ਤਲਾਕ ਤਲੂਕ ਵੀ ਤਾਂ ਹੀ ਜ਼ਿਆਦਾ ਵੱਧ ਗਏ ਆ ਕਿਉਂਕਿ ਹਨਾ ਗੱਲਾਂ ਬਾਤਾਂ ਸਾਰੀਆਂ ਪਹਿਲਾਂ ਹੋਈਆਂ ਹੁੰਦੀਆਂ ਸਾਰਾ ਸ਼ੇਅਰ ਕਰ ਲੈਣੀਆਂ ਹਾਂ ਮੁੜ ਕੇ ਇੱਕ ਦੂਜੇ ਨੂੰ ਉਹ ਫਿਰ ਆਖਣਾ ਵੀ ਇਹ ਕਿਤੇ ਗੁੱਸੇ ਨਾ ਹੋ ਜੇ ਬਾਉ ਬਾਉ ਕਰੀ ਜਾਣਾ ਉਹਨਾਂ ਨੂੰ ਫਿਰ ਅਗਲੇ ਨੇ ਭੂਏ ਚੜ ਜਾਣਾ ਤੇ ਉਹ ਜਿਹੜੀ ਗੱਲ ਫਿਰ ਅਗਲੀ ਕੁੜੀ ਨੇ ਵੀ ਆਪਣੀ ਜਿੱਦ ਕਰਕੇ ਮਨਾਉਣੀ ਤੇ ਮੁੰਡੇ ਨੇ ਵੀ ਆਪਣੀ ਜਿੱਦ ਕਰਕੇ ਮਨਾਉਣੀ ਜਿੱਦ ਦੇ ਪਰ ਅੱਜ ਕੱਲ ਦੋਵੇਂ ਆਪਸ ਵਿੱਚ ਬਰਾਬਰ ਇੱਕ ਦੂਜੇ ਦੇ ਵਿੱਚ ਕੋਈ ਉਹ ਮਤਲਬ ਰਿਹਾ ਨਹੀਂ ਵੀ ਉਹ ਥੋੜੇ ਬਹੁਤੀ ਇੱਕ ਦੂਜੇ ਦੀ ਰਿਸਪੈਕਟ ਕਰਕੇ ਕਰ ਵੀ ਕੋਈ ਨਹੀਂ ਇਹਨੇ ਮੈਨੂੰ ਕਹਿਤਾ ਕੋਈ ਗੱਲ ਨਹੀਂ ਪਹਿਲਾਂ ਜਿਹੜਾ ਨਾ ਥੋੜਾ ਉਹ ਪੁਰਾਣੀ ਉਹ ਚੱਲਦੀ ਹੁੰਦੀ ਨਾ ਵੀ ਪਤੀ ਪਰਮੇਸ਼ਵਰ ਹੁੰਦਾ ਵਾ ਹਨਾ ਪਤੀ ਇਦਾਂ ਹੁੰਦਾ ਵਾ ਅਸੀਂ ਹੁਣ ਤੱਕ ਸਹਿਣ ਕਰਦੇ ਆ ਸਭ ਕੁਝ ਵੀ ਇੱਕ ਜਣਾ ਬੋਲਦਾ ਦੂਜੇ ਜਣਾ ਚੁੱਪ ਹੋ ਜਾਈਦਾ ਕੋਈ ਗੱਲ ਨਹੀਂ ਘੜੀ ਟਾਈਮ ਕੱਢੋ ਮੁੜ ਕੇ ਅਗਲੇ ਦਾ ਗੁੱਸਾ ਨਹੀਂ ਸਹਿਣ ਕਰਨਾ ਚੰਗੀ ਗੱਲ ਆ ਪਰ ਹਾਂ ਜਿਆਦਾ ਵੀ ਸਹਿਣ ਨਹੀਂ ਕਰਨਾ ਚਾਹੀਦਾ ਜਣਾ ਕੱਢਦਾ ਵਾ ਦੂਜੇ ਜਣਾ ਸਿਰ ਤੇ ਆਈ ਜਾਵੇ ਸਹਿਣ ਕਰੋ ਵੀ ਮੰਨ ਲਓ ਇਸ ਵਕਤ ਤੋਂ ਗੁੱਸੇ 'ਚ ਆ ਉਹਦੀ ਗੱਲ ਨੂੰ ਤੁਸੀਂ ਜਲ ਗਏ ਹਨਾ ਉਹਨੂੰ ਅੱਧੇ ਪੌਣੇ 2 ਘੰਟੇ ਬਾਅਦ ਫਿਰ ਲਾਈ ਜ਼ਰੂਰ ਕਰਾਓ ਲਾਈ ਜ਼ਰੂਰ ਕਰਾਓ ਵੀ ਤੇਰੀ ਇੱਥੇ ਗਲਤੀ ਸੀ ਮੈਂ ਚੁੱਪ ਦਿੱਤੀ ਰਹੀ ਹਾਂ ਪਰ ਤੇਰੀ ਇੱਥੇ ਗਲਤੀ ਸੀ ਤੇ ਅਗਲਾ ਵੀ ਉਹ ਗੱਲ ਨੂੰ ਆਖੇ ਨਾ ਵੀ ਮੈਂ ਮਰ ਦੂੰਗਾ ਤੇ ਮੈਂ ਗਲਤੀ ਕਰ ਸਕਦਾ ਹਾਂ ਇਹੋ ਹੀ ਇਹ ਗੱਲ ਨਾ ਸੋਚੇ ਮਨ 'ਚ ਉਹ ਸਮਝੇ ਇਸ ਗੱਲ ਨੂੰ ਵੀ ਹਾਂ ਮੇਰੀ ਇੱਥੇ ਗਲਤੀ ਸੀ ਤੇ ਉਹਦੇ ਨਾਲ ਕੁਝ ਨਹੀਂ ਫਰਕ ਪੈ ਜਿੱਦਾਂ ਹੁਣ ਪੁਰਾਣੀਆਂ ਬੀਬੀਆਂ ਸੀਗੀਆਂ ਉਹ ਤੇ ਵਿਚਾਰੀਆਂ ਸਿਰਫ ਜਰਦੀਆਂ ਹੀ ਹੁੰਦੀਆਂ ਸੀ ਹਨਾ ਪਹਿਲਾਂ ਕਹਿੰਦੇ ਹੁੰਦੇ ਵੀ ਭਾਈ ਤੈਨੂੰ ਤੋਰਤਾ ਵਾ ਤੇਰੀ ਦੀ ਅਰਥੀ ਵੀ ਉੱਥੋਂ ਹੀ ਉੱਠ ਕੇ ਆਉਣੀ ਆ ਹੁਣ ਕਈਆਂ ਨੂੰ ਵਿਚਾਰੀਆਂ ਨੂੰ ਸ਼ਰਾਬੀ ਕਬਾਬੀ ਮਿਲ ਜਾਂਦੇ ਸੀ ਬਹੁਤ ਜ਼ਿਆਦਾ ਜਿਹੜੇ ਮਾਰ ਕੁੱਟ ਕਰਦੇ ਸੀ ਸੱਸ ਮਾਰ ਕੁੱਟਦੀ ਸੀ ਸਾਰਾ ਕੁਛ ਸੀਗਾ ਉਹ ਵਿਚਾਰੀਆਂ ਉੱਦਾਂ ਹੀ ਸਹਿੰਦੀਆਂ ਹੁੰਦੀਆਂ ਸੀ ਹਨਾ ਉੱਦਾਂ ਹੀ ਉਹਨਾਂ ਸਾਰੀ ਉਮਰ ਕਦੀ ਗੱਲ ਨਹੀਂ ਕਰਨੀ ਆਪਣੇ ਮਾਂ ਪਿਓ ਨਾਲ ਪੜ੍ਹੀਆਂ ਲਿਖੀਆਂ ਕੁੜੀਆਂ ਤੇ ਵੀ ਪਿਛਲੇ ਜ਼ਮਾਨੇ 'ਚ ਬਹੁਤ ਮੈਂ ਵੇਖੀਆਂ ਬਹੁਤ ਜ਼ਿਆਦਾ ਪੜ੍ਹੀਆਂ ਲਿਖੀਆਂ ਸੀ ਚਲੋ ਥੋੜਾ ਘੱਟ ਪੜ੍ਹੇ ਉਹਨਾਂ ਤੇ ਵੀ ਬਹੁਤ ਤਸ਼ੱਦਦ ਹੁੰਦੇ ਹਾਂ ਤੇ ਪਰ ਪਤੀ ਵੱਲੋਂ ਵੀ ਪਰਿਵਾਰ ਵੱਲੋਂ ਵੀ ਸਾਰਿਆਂ ਵੱਲੋਂ ਉਹ ਮੇਰੇ ਬੱਚੇ ਵੀ ਕਹਿੰਦੇ ਮੇਰੀ ਨੌਂ ਨਾਲ ਗਲਤ ਕਰਨ ਉੱਚੀ ਬੋਲਣ ਤੇ ਮੇਰੀ ਉਹਨਾਂ ਨਾਲ ਲੜਾਈ ਹੋ ਜਾਂਦੀ ਹੈ ਇਸ ਗੱਲੋਂ ਨਹੀਂ ਤੇ ਚਲੋ ਤੁਸੀਂ ਮੈਨੂੰ ਸਾਰੇ ਕਹਿੰਦੇ ਤੁਸੀਂ ਭੂਏ ਕੀਤੀਆਂ ਨੌਵਾਂ ਭੂਏ ਕੀਤੀਆਂ ਨਹੀਂ ਆ ਵੀ ਤੇ ਪੂਰਾ ਭੂਏ ਹੋਈਆਂ ਪਈਆਂ ਵਾ ਮੈਨੂੰ ਇਸ ਗੱਲ ਦੇ ਨਾਲ ਬਹੁਤ ਨਫ਼ਰਤ ਭਾਵੇਂ ਮੇਰਾ ਬੇਟਾ ਹੀ ਹੋਵੇ ਗਲਤ ਬੋਲੇ ਤੇ ਮੈਂ ਹਮੇਸ਼ਾ ਨੌਂ ਮੇਰੇ ਲਾਗੇ ਬੈਠੀ ਹੋਵੇ ਮੈਂ ਉਹਨੂੰ ਡਾਂਟੂੰਗੀ ਵੀ ਤੂੰ ਗਲਤ ਵਾਂ ਇੱਥੇ ਤੂੰ ਗਲਤ ਤੇ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ ਵੀ ਐ ਹੀ ਆ ਅਸਲ 'ਚ ਲੜਾਈਆਂ ਜਿਹੜਾ ਇੰਨਾ ਵੱਡਾ ਬਣਿਆ ਹੁੰਦਾ ਨਾ ਵੀ ਸੱਸ ਨੂੰ ਉਹਦਾ ਵੀ ਸੱਸ ਤੇ ਉਹ ਹੁੰਦੀ ਆ ਸੱਸ ਨੂੰ ਮਤਲਬ ਡਰੈਗਨ ਬਣਾ ਕੇ ਪੇਸ਼ ਕੀਤਾ ਜਾਂਦਾ ਇੱਕ ਹਨਾ ਕਈ ਵਾਰਾਂ ਤੇ ਮੈਨੂੰ ਇਹ ਵੀ ਕਹਿ ਸੁਣਨ ਨੂੰ ਮਿਲਦਾ ਵੀ ਤੇਰਾ ਕਰਕੇ ਜਿਆਦੀਆਂ ਵਿਗੜਦੀਆਂ ਤੂੰ ਜਿਆਦਾ ਭੂਏ ਕਰਦੀ ਹੈ ਤੂੰ ਉਹਨਾਂ ਦੀ ਸਪੋਰਟ ਕਰਦੀ ਤਾਂ ਵਿਗੜਦੀਆਂ ਇਹ ਪਰ ਮੈਂ ਕੋਈ ਸਪੋਰਟ ਨਹੀਂ ਕਰਦੀ ਮੈਂ ਉਹਦੀ ਗੱਲ ਕਰਦੀ ਜਿਹੜਾ ਸੱਚਾ ਵਾ ਦੇਖੋ ਇੱਕ ਗੱਲ ਹੈ ਇੱਥੇ ਹਨਾ ਹੁਣ ਜਿਵੇਂ ਮੰਨ ਲਓ ਮੁੰਡੇ ਆ ਮੁੰਡੇ ਤੇ ਤੁਹਾਡੇ ਤੁਹਾਡੇ ਕੋਲ ਹੀ ਰਹਿਣ ਦੇ ਪਰ ਜਿਹੜੀਆਂ ਕੁੜੀਆਂ ਵਾ ਉਹ ਆਪਣਾ ਪੇਕਾ ਘਰ ਛੱਡ ਕੇ ਨਾ
ਪਿੱਛੇ ਆ ਗਈਆਂ ਵਾ ਉਹਨੂੰ ਸੱਸਾਂ ਜਿਹੜੀਆਂ ਮਾਵਾਂ ਵਾਲਾ ਪਿਆਰ ਨਾ ਦੇਣਗੀਆਂ ਤਾਂ ਕਿਤਰਾ ਕਰਨਗੀਆਂ ਹੁਣ ਨਵਾਂ ਘਰ ਇੱਕ ਤੁਸੀਂ ਆਪ ਵੀ ਛੱਡ ਕੇ ਆਏ ਹੁੰਦੇ ਤੁਹਾਨੂੰ ਪਤਾ ਹੀ 25 ਸਾਲ ਇੱਕ ਘਰ ਚ ਰਹੀ ਹੋਊਗੀ ਕੁੜੀ ਹੁਣ 25 ਸਾਲ ਤੋਂ ਅਗਲੇ ਦਿਨ ਕਹਿ ਦਿੰਦੇ ਪੱਚੀ ਇੱਕ ਅਚਾਨਕ ਕਹਿ ਦਿੰਦੇ ਭਾਈ ਆਹ ਹੁਣ ਘਰ ਤੇਰਾ ਨੀ ਗਾ ਆਹ ਘਰ ਤੇਰਾ ਉਹ ਹਨਾ ਤੁਸੀਂ ਉਪਰੇ ਥਾਂ ਤੇ ਗਏ ਹੋ ਕਿੰਨੇ ਦਿਨ ਤੋਂ ਪਹਿਲਾਂ ਤੁਹਾਨੂੰ ਨੀਂਦ ਨੀ ਆਉਂਦੀ ਫਿਰ ਉੱਥੋਂ ਦੀ ਫੈਮਿਲੀ ਨਾਲ ਐਡਜਸਟ ਕਰਨਾ ਤੁਹਾਡੀ ਸਬਜ਼ੀ ਦਾ ਵਿਆਹ ਤੋਂ ਬਾਅਦ ਦੂਜੇ ਜਿਹੜੇ ਸਹੁਰੇ ਘਰ ਦੀ ਸਬਜ਼ੀ ਦਾ ਸਵਾਦ ਹੋਰ ਪੇਕਿਆਂ ਦੀ ਸਬਜ਼ੀ ਦਾ ਸਵਾਦ ਹੋਰ ਇਹਨਾਂ ਦੇ ਰਹਿਣ ਸਹਿਣ ਹੋਰ ਪੇਕਿਆਂ ਦਾ ਰਹਿਣ ਸਹਿਣ ਹੋਰ ਸੋ ਉਸ ਚੀਜ਼ ਚ ਸਾਰੇ ਸਾਰੀਆਂ ਗੱਲਾਂ ਦੇ ਵਿੱਚ ਸੱਸ ਹੱਕਦਾਰ ਹੈ ਹਾਂ ਸੱਸ ਦਾ ਫਰਜ਼ ਬਣਦਾ ਵਾ ਉਹਨੂੰ ਬੱਚੀ ਨੂੰ ਆਪਣੀ ਮਾਂ ਵਾਲਾ ਪਿਆਰ ਦੇ ਕੇ ਉਹਨੂੰ ਦੱਸੇ ਤੇ ਬੱਚੀ ਦਾ ਵੀ ਫਰਜ਼ ਬਣਦਾ ਵਾ ਉਹਨੂੰ ਮਾਂ ਸਮਝੇ ਔਰ ਅੱਧੀਆਂ ਲੜਾਈਆਂ ਇੱਥੇ ਹੀ ਮੈਂ ਨਹੀਂ ਮੁੱਕ ਜਾਣੀ ਉਹਨੂੰ ਦੱਸੇ ਵੀ ਬੇਟਾ ਇਤਨਾ ਨਹੀਂ ਆਪਾਂ ਇਤਨਾ ਕਰਨਾ ਤੇ ਬਾਕੀ ਘਰ ਦੇ ਥੋੜਾ ਜਿਹਾ ਸਹਿਣ ਕਰਨ ਕੋਈ ਗੱਲ ਨੀ ਜੇ ਅੱਜ ਇਹਨੇ ਗਲਤ ਸਬਜ਼ੀ ਬਣਾਈ ਆ ਤੇ ਕੱਲ ਇਹਨੂੰ ਉਹਨੂੰ ਸੱਸ ਨੂੰ ਕਹਿਣ ਦਾ ਫਰਜ਼ ਬਣਦਾ ਬਾਕੀ ਇਹਦਾ ਆਪ ਦਬਕਾ ਮਾਰਨਾ ਨੀ ਬਣਦਾ ਉਹਨੂੰ ਕਹਿਣਾ ਬਣਦਾ ਵੀ ਇਹਨੂੰ ਬੱਚੀ ਨੂੰ ਸਮਝਾ ਦੇ ਇਤਨਾ ਨੀ ਇਤਨਾ ਬਣਨਾ ਵਾ ਆਪਣਾ ਘਰ ਕੇ ਇਤਨਾ ਵੀ ਚੱਲ ਅਗਲੇ ਦਿਨ ਬਾਅਦ ਚ ਇਤਨਾ ਦੱਸ ਦੋ ਤੁਹਾਡੇ ਉੱਥੇ ਪੋਤੀ ਦੰਗੀ ਮਾਰਦੀ ਮੈਨੂੰ ਇੱਥੇ ਇੱਕ ਵਿਆਹ ਦੀ ਗੱਲ ਚੇਤੇ ਆਈ ਜਦੋਂ ਮੈਂ ਨਵੀਂ ਨਵੀਂ ਵਿਆਹ ਕੇ ਆਈ ਹਾਂ ਤੇ ਮੇਰੇ ਨਾ ਮਤਲਬ ਹੋਇਆ ਹਫਤਾ ਕੀ ਹੋਇਆ ਹੋਣਾ ਤੇ ਮੈਂ ਬਣਾਉਣ ਦਈ ਹਾਂ ਕੜੀ ਤੇ ਅਗਲੇ ਬੰਨੇ ਮੈਂ ਕੜੀ ਬਣਾਉਣ ਦਈ ਤੇ ਪਿਛਲੇ ਬੰਨੇ ਨਾ ਦੁੱਧ ਦਾ ਪਤੀਲਾ ਗਰਮ ਧਰਿਆ 5 ਕਿਲੋ ਦੁੱਧ ਦਾ ਪਤੀਲਾ ਗਰਮ ਧਰਿਆ ਤੇ ਉਹ ਜਦੋਂ ਮੈਂ ਕੜੀ ਦੀ ਲੱਸੀ ਮੇਰੀ ਆਦਤ ਮੈਂ ਬਹੁਤ ਕਾਹਲੀ ਕੰਮ ਕਰਦੀ ਮੰਮੀ ਨੂੰ ਪਤਾ ਵਾ ਅਜੇ ਤੱਕ ਵੀ ਮੇਰੇ ਕੋਲ ਚੱਜ ਨਾਲ ਕੰਮ ਹੁੰਦਾ ਨੀ ਕਿਚਨ ਦਾ ਤੇ ਮੈਂ ਉਹ ਜਦੋਂ ਲੱਸੀ ਪਾਉਣ ਲੱਗੀ ਨਾ ਕੁੱਕਰ ਚ ਤੇ ਉਹ ਕਦੇ 2 ਛਿੱਟਾਂ ਨਾ ਦੁੱਧ ਚ ਡਿੱਗ ਗਈਆਂ ਮੈਂ ਵੇਖ ਲਈਆਂ ਵੀ ਦੁੱਧ ਦੀਆਂ ਛਿੱਟਾਂ ਨਾ ਦੁੱਧ ਚ ਡਿੱਗ ਗਈਆਂ ਕੜੀ ਉਹਦੀਆਂ ਲੱਸੀ ਦੀਆਂ ਤੇ ਮੈਨੂੰ ਡਰ ਲੱਗਿਆ ਵੀ ਇਹ ਹੁਣ ਹੋਣਾ ਵਾ ਖਰਾਬ ਪਰ ਨਾ ਮੇਰੇ ਕੋਲ ਇੰਨੀ ਹਿੰਮਤ ਵੀ ਮੈਂ ਹੁਣ ਮੰਮੀ ਨੂੰ ਜਾ ਕੇ ਦੱਸਾਂ ਵੀ ਮੰਮੀ ਇਦਾਂ ਨਾ ਦੁੱਧ 5 ਕਿਲੋ ਦੁੱਧ ਚ ਡਿੱਗ ਪਿਆ ਮੈਨੂੰ ਇਹ ਵੀ ਸਾਰਾ ਦੁੱਧ ਖਰਾਬ ਹੋ ਜਾਣਾ ਵੀ ਉੱਤੋਂ ਨਵੀਂ ਨਵੀਂ ਵਿਆਹ ਕੇ ਆਈ ਆ ਤੇ ਡਰ ਮੈਨੂੰ ਇੰਨਾ ਲੱਗੇ ਵੀ ਕੋਈ ਹਿਸਾਬ ਨੀ ਮੈਂ ਨੀ ਕਿਸੇ ਨੂੰ ਦੱਸਿਆ ਸ਼ਾਮ ਨੂੰ ਦੁੱਧ ਹੋ ਗਿਆ ਖਰਾਬ ਤੇ ਮੰਮੀ ਕਹਿੰਦੇ ਵੀ ਮੈਂ ਕਿਹਾ ਮੰਮੀ ਦੁੱਧ ਨਾ ਖਰਾਬ ਹੋ ਗਿਆ ਵਾ ਤੇ ਮੰਮੀ ਕਹਿੰਦੇ ਇਹ ਨਾ ਦੁੱਧ ਵਾਲਾ ਪੁਰਾਣਾ ਦੁੱਧ ਦੇ ਕੇ ਗਿਆ ਹੋਣਾ ਇਹ ਕਈ ਵਾਰ 2-2-3-3 ਦਿਨ ਪੁਰਾਣਾ ਦੁੱਧ ਦੇ ਦਿੰਦਾ ਵਾ ਮੈਂ ਇਹਨੂੰ ਕਹੂੰਗੀ ਸਵੇਰੇ ਆਊਗਾ ਨਾ ਜਦੋਂ ਵੀ ਤੂੰ ਸਾਨੂੰ ਪੁਰਾਣਾ ਦੁੱਧ ਦੇ ਕੇ ਗਿਆ ਹਾਂ ਇਹ ਹੀ ਵੋ ਹੀ ਤੇ ਮੈਂ ਬਾਅਦ ਚ ਮੈਨੂੰ ਹੋਰ ਜ਼ਿਆਦਾ ਡਰ ਲੱਗਣ ਲੱਗਾ ਮੈਂ ਉਹ ਤੇ ਵਿਚਾਰਾ ਬੁੱਢਾ ਜਿਹਾ ਹੁੰਦਾ ਹੁੰਦਾ ਸਾਡੇ ਘਰੇ ਦੁੱਧ ਦੇਣ ਤੇ ਮੈਂ ਕਿਹਾ ਉਹਨੂੰ ਮੇਰੇ ਕਰਕੇ ਨਜਾਇਜ਼ ਹੀ ਦਬ ਕੇ ਪੈ ਜਾਣੇ ਆ ਫਿਰ ਮੈਂ ਕਵਲ ਨੂੰ ਬੁਲਾਇਆ ਫਿਰ ਮੈਂ ਉਹਨਾਂ ਨੂੰ ਹੌਲੀ ਜਿਹੀ ਦੱਸਿਆ ਮੈਂ ਕਵਲ ਉਹਨਾਂ ਮੈਂ ਕਵਲ ਉਹ ਦੁੱਧ ਚ ਨਾ ਮੇਰੇ ਕੋਲ ਲੱਸੀ ਦੀਆਂ ਛਿੱਟਾਂ ਪੈ ਗਈਆਂ ਹੈਗੀਆਂ ਤੇ ਪਰ ਮੈਨੂੰ ਬੜਾ ਬੜਾ ਲੱਗਣ ਦਿਆ ਡਰ ਬੜਾ ਲੱਗਣ ਦਿਆ ਵੀ ਮੈਂ ਕਿੱਦਾਂ ਦੱਸਾਂ ਤੇ 5 ਕਿਲੋ ਦੁੱਧ ਦਿਆ ਤੇ ਮੈਨੂੰ ਗਾਲਾਂ ਬੜੀਆਂ ਪੈਣੀਆਂ ਫਿਰ ਕਵਲ ਨੇ ਮੰਮੀ ਨੂੰ ਹੌਲੀ ਜਿਹੀ ਦੱਸਿਆ ਫਿਰ ਮੰਮੀ ਨੇ ਮੈਨੂੰ ਸਮਝਾਇਆ ਵੀ ਕੋਈ ਗੱਲ ਨਹੀਂ ਜੇ ਤੂੰ ਮੈਨੂੰ ਆਪ ਆ ਕੇ ਵੀ ਦੱਸ ਦਿੰਦੀ ਤੇ ਮੈਂ ਤਾਂ ਵੀ ਕੁਛ ਨਹੀਂ ਹੀ ਕਹਿਣਾ ਫਿਰ ਕੀ ਹੋਇਆ ਵੀ ਗਲਤੀ ਨਾ ਹੋ ਗਿਆ ਤੂੰ ਕਿਹੜਾ ਜਾਣ ਕੇ ਪਾਇਆ ਵਾ ਤੇ ਪਰ ਚੱਲ ਅੱਗੇ ਤੋਂ ਧਿਆਨ ਰੱਖੀ ਤੇ ਇਹੋ ਜਿਹਾ ਮਾਹੌਲ ਮੈਨੂੰ ਲੱਗਦਾ ਵੀ ਹਰੇਕ ਨੂੰ ਆਪਣੇ ਘਰ ਚ ਬਣਾਉਣਾ ਚਾਹੀਦਾ ਵਾ ਵੀ ਤੁਹਾਡੀ ਨੂੰ ਜੇ ਕੋਈ ਉਹਦੇ ਕੋਲ ਗਲਤੀ ਹੁੰਦੀ ਆ ਜਾਂ ਕੁਛ ਵੀ ਆ ਜੇ ਤੁਹਾਨੂੰ ਉਹਦੀ ਉਹਨੂੰ ਤੁਹਾਡੀ ਕੋਈ ਮਾੜੀ ਚੀਜ਼ ਲੱਗਦੀ ਜਾਂ ਤੁਹਾਨੂੰ ਉਹਦੀ ਕੋਈ ਮਾੜੀ ਚੀਜ਼ ਲੱਗਦੀ ਤੁਸੀਂ ਉਹਨੂੰ ਮੂੰਹ ਤੇ ਜਾ ਕੇ ਬੋਲ ਕੇ ਪਿਆਰ ਨਾਲ ਸਮਝਾ ਸਕੋ ਇਹ ਨਹੀਂ ਕਿ ਤੁਸੀਂ ਉਹਨੂੰ ਤਾਨੇ ਮਾਰਨ ਲੱਗ ਜਾਓ ਜਾਂ ਤੁਸੀਂ ਉਹਨੂੰ ਹਨਾ ਮਾੜਾ ਚੰਗਾ ਕਹਿਣ ਲੱਗ ਜਾਓ ਤੁਸੀਂ ਉਹਨੂੰ ਪਿਆਰ ਨਾਲ ਸਮਝਾਓ ਉਹ ਤੁਹਾਡੇ ਨਾਲ ਪਿਆਰ ਨਾਲ ਗੱਲ ਕਰੇ ਤੇ ਤਾਂ ਕਿ ਤੁਹਾਡੇ ਘਰ ਦਾ ਮਾਹੌਲ ਜਿਹੜਾ ਵਾ ਉਹ ਵਧੀਆ ਬਣਿਆ ਰਹੇ ਸ਼ਾਇਦ ਇਸੇ ਕਰਕੇ ਸਾਡੇ ਘਰ ਦਾ ਮਾਹੌਲ ਵਧੀਆ ਵਾ ਵੀ ਚਲੋ ਮੰਮੀ ਬੜੇ ਪਿਆਰ ਨਾਲ ਸਾਰਿਆਂ ਨੂੰ ਹੈਂਡਲ ਕਰਦੇ ਜਿਹੜੀਆਂ ਜਨਾਨੀਆਂ ਹੁੰਦੀਆਂ ਨਾ ਲੇਡੀਜ਼ ਉਹ ਘਰ ਦਾ ਧੁਰਾ ਹੁੰਦੀਆਂ ਵਾ ਵੈਸੇ ਤੇ ਕਹਿੰਦੇ ਆ ਵੀ ਬੰਦੇ ਹੁੰਦੇ ਆ ਪਰ ਮੈਂ ਇਹ ਮੰਨਦੀ ਵੀ ਜਨਾਨੀ ਘਰ ਚਲਾਉਣ ਵਾਲੀ ਹੁੰਦੀ ਬੰਦਾ ਫਾਈਨੈਂਸ਼ਲੀ ਕਮਾਈ ਕਰਨ ਵਾਸਤੇ ਬਹੁਤ ਬੰਦੇ ਦੀ ਸਪੋਰਟ ਦੀ ਲੋੜ ਹੈ ਹਾਂ ਮਤਲਬ ਘਰ ਤੇ ਚਲੋ ਫਾਈਨੈਂਸ਼ਲੀ ਉਹਨੇ ਹੀ ਚਲਾਉਣਾ ਵਾ ਪਰ ਜਿਹੜਾ ਘਰ ਦੇ ਵਿੱਚ ਰਿਸ਼ਤੇ ਬਣਾ ਕੇ ਰੱਖਣੇ ਹਨਾ ਘਰ ਨੂੰ ਜੋੜ ਕੇ ਰੱਖਣਾ ਉਹ ਇੱਕ ਜਨਾਨੀ ਦਾ ਕੰਮ ਹੈ ਘਰ ਬਣਾਉਣਾ ਵੀ ਜਨਾਨੀ ਦਾ ਕੰਮ ਹੈ ਬੰਦਾ ਕਮਾ ਕੇ ਲਿਆਉਂਦਾ ਵਾ ਤੇ ਜਨਾਨੀ ਉਹਨੂੰ ਕਿੱਦਾਂ ਵਰਤਦੀ ਆ ਇਹ ਬੜਾ ਇੰਪੋਰਟੈਂਟ ਕੰਮ ਹੈਗਾ ਇਦਾਂ ਹੀ ਘਰ ਜੋੜੇ ਜਾਂਦੇ ਇਦਾਂ ਮੇਰੇ ਰਿਸ਼ਤੇਦਾਰ ਜਿਹੜੇ ਨਾ ਅੱਜ ਤੱਕ ਮੈਨੂੰ ਬਹੁਤ ਜਿਹੜੀਆਂ ਨੌਵਾਂ ਮੇਰੇ ਰਿਸ਼ਤੇਦਾਰਾਂ ਦੀਆਂ ਉਹ ਮੈਨੂੰ ਕਹਿ ਦਿੰਦੀਆਂ ਇੱਕ ਮੇਰੀ ਰਿਸ਼ਤੇਦਾਰ ਵਾ ਉਹਦੀ ਨੌ ਕਹਿੰਦੀ ਹੁੰਦੀ ਆ ਭੂਈ ਜੀ ਕਾਸ਼ ਕਿਤੇ ਤੁਸੀਂ ਮੇਰੀ ਸੱਸ ਹੁੰਦੇ ਮੈਂ ਜੇ ਘਰਦੇ ਨੂੰ ਦੱਸਾਂ ਨਾ ਉਹ ਕਹਿੰਦੇ ਤੈਨੂੰ ਫੁੱਲੀਆਂ ਪਾਉਂਦੇ ਮੈਨੂੰ ਕੋਈ ਗੱਲ ਨੀ ਪਾ ਲੈਂਦਾ ਮੈਂ ਫਿਰ ਵੀ ਸ਼ੌਂਕ ਹੈ ਅਗਲੀ ਦਾ ਵੀ ਮੈਂ ਕਿਤੇ ਤੁਹਾਡੀ ਤੁਸੀਂ ਚਾਰ ਪੰਜ ਮੁੰਡੇ ਜੰਮੇ
ਦੋ ਹੀ ਜੰਮੇ। ਸੋ ਆਇਆ ਸੀ ਜੀ ਸਾਡਾ ਅੱਜ ਦਾ ਐਪੀਸੋਡ, ਉਮੀਦ ਕਰਦੀ ਹਾਂ ਕਿ ਤੁਹਾਨੂੰ ਇਸ ਸੁਣਾਉਣ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ, ਜੇ ਚੰਗੀਆਂ ਲੱਗੀਆਂ ਹੋਣ ਤੇ ਥੱਲੇ ਕਮੈਂਟ ਜ਼ਰੂਰ ਕਰਕੇ ਜਾਇਓ। ਤੇ ਜੇ ਕੋਈ ਤੁਹਾਡਾ ਸਵਾਲ ਹੈ ਜੋ ਤੁਸੀਂ ਚਾਹੁੰਦੇ ਹੋ ਕਿ ਆਪਣੀ ਸੱਸ ਨੂੰ ਪੁੱਛੋ ਪਰ ਨਹੀਂ ਪੁੱਛ ਪਾ ਰਹੇ, ਤੇ ਮੈਂ ਉਹ ਸਵਾਲ ਤੁਹਾਨੂੰ ਆਪਣੀ ਸੱਸ ਨੂੰ ਪੁੱਛ ਕੇ ਦੱਸੂੰਗੀ। ਸੋ ਜੇ ਸ਼ੋ ਤੁਹਾਨੂੰ ਚੰਗਾ ਲੱਗਾ, ਇਹਦਾ ਅਗਲਾ ਐਪੀਸੋਡ ਅਗਲੇ ਐਤਵਾਰ ਆਊਗਾ। ਸੋ ਜੇ ਤੁਸੀਂ ਇਸ ਸ਼ੋ ਨੂੰ ਦੁਬਾਰਾ ਵੇਖਣਾ ਚਾਹੁੰਦੇ ਹੋ, ਵੱਧ ਤੋਂ ਵੱਧ ਲਾਈਕ ਆਪਣੀ ਸੱਸ ਨਾਲ ਆਪਣੀ ਫੈਮਿਲੀ ਨਾਲ ਇਹਨੂੰ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਕਿਉਂਕਿ ਜੇ ਤੁਸੀਂ ਅਸਲੀਅਤ ਜਾਨਣਾ ਚਾਹੁੰਦੇ ਜਾਂ ਤੇ ਤਾਂ ਕੱਲੀ ਦਾ ਵੀ ਸ਼ੋਰ ਖਾ ਸਕਦੇ ਜੀ। ਹਾਂ ਤੁਸੀਂ ਵੀ ਕਹਿ ਦੋ ਇੱਕ ਵਾਰੀ, ਮੈਂ ਪੂਰੇ ਕੌਨਫੀਡੈਂਸ ਨਾਲ ਸਵਾਲ ਜਵਾਬ ਕੀਤਾ ਵਾ, ਗਲਤ ਨਹੀਂ ਕੁਛ ਵੀ ਕਿਹਾ। ਜੇ ਤੁਹਾਨੂੰ ਲੱਗਿਆ ਵੀ ਇਹ ਆਪਣੀ ਸਪੋਰਟ ਚ ਬੋਲ ਰਹੀ ਹੈ ਤਾਂ ਤੁਸੀਂ ਇਹਨੂੰ ਕੱਲੀ ਨੂੰ ਪੁੱਛ ਸਕਦੇ ਹੋ। ਤੁਸੀਂ ਮੈਨੂੰ ਕੋਈ ਵੀ ਕਮੈਂਟ ਕਰ ਸਕਦੇ ਹੋ। ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਨ ਚੈਨਲ ਨੂੰ ਤੁਸੀਂ ਵੇਖਿਓ ਸਬਸਕ੍ਰਾਈਬ ਕਰਿਓ, ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸਾਡੀਆਂ ਗੱਲਾਂ ਪਸੰਦ ਆਈਆਂ ਕਿ ਨਹੀਂ। ਥੈਂਕ ਯੂ।